ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਹਰ ਉਹ ਜਿਸ ਵੇਲੇ ਕੋਸ਼ਿਸ਼ ਕਰੀਦੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਹੋਵੇ ਤੁਹਾਡੇ ਸਾਹਮਣੇ ਰੱਖੀਏ ਚਾਹੇ ਉਹ ਰਾਜਨੀਤੀ ਨਾਲ ਸੰਬੰਧਿਤ ਹੋਵੇ ਚਾਹੇ ਸਮਾਜਿਕ ਮੁੱਦੇ ਹੋਣ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਅੱਜ ਗੱਲਬਾਤ ਕਰਨੀ ਹੈ ਕਿਉਂਕਿ 24 ਘੰਟੇ ਵਿੱਚ ਸਿਆਸਤ ਵਿੱਚ ਜੋ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਆਉਣ ਵਾਲੇ ਸਮੇਂ ਵਿੱਚ ਸਮੀਕਰਨ ਬਦਲ ਸਕਦੇ ਨੇ ਜਿਸ ਹਿਸਾਬ ਦੇ ਨਾਲ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੁਲਾਕਾਤਾਂ ਦਾ ਸਿਲਸਿਲਾ ਅੱਗੇ ਵੱਲ ਵਧਣ ਲੱਗ ਪਿਆ ਹੈ ਧਾਰਮਿਕ ਡੇਰਿਆਂ ਤੇ ਸਿਆਸਤਦਾਨਾਂ ਦੀ ਐਂਟਰੀ ਸ਼ੁਰੂ ਹੋ ਚੁੱਕੀ ਹੈ ਲੱਗਦਾ ਪਿਆ ਕਿ ਹੁਣ ਸਾਰੇ ਜਣੇ ਕਹਿਣਗੇ ਭਾਈ ਵੋਟ ਇੱਧਰ ਪਾਉਣ ਦੀ ਕੋਸ਼ਿਸ਼ ਕਰਿਓ ਕਿਹਾ ਜਾਵੇਗਾ ਕਹਾਇਆ ਜਾਵੇਗਾ ਹਾਲਾਂਕਿ ਇਹ ਵੀ ਗੱਲ ਹਮੇਸ਼ਾ ਹੀ ਡੇਰਿਆਂ ਚੋਂ ਨਿਕਲਦੀ ਹੈ ਕਦੀ ਸਿੱਧੇ ਤੌਰ ਤੇ ਨਹੀਂ ਕਿਹਾ ਜਾਂਦਾ ਕਿ ਤੁਸੀਂ ਵੋਟ ਕਿੱਧਰ ਪਾਉਣੀ ਹੈ ਵਕ ਵਕ ਡੇਰਿਆਂ ਦੀ ਗੱਲ ਹੈ ਹਰ ਬਰ ਕਿਹਾ ਜਾਂਦਾ ਪਰ ਇਹਨਾਂ ਜ਼ਰੂਰ ਹੈ ਪੰਜਾਬ ਦੇ ਵਿੱਚ ਹੀ ਘੱਟੋ ਘੱਟ 10 ਤੋਂ 11 ਲੱਖ ਵੋਟਰ ਪ੍ਰਭਾਵਿਤ ਕਰਦੇ ਨੇ ਸਿੱਧੇ ਰੂਪ ਚ ਜੋ ਵੱਖ-ਵੱਖ ਡੇਰਿਆਂ ਨਾਲ ਜੁੜੇ ਹੋਏ ਨੇ ਚਰਚਾ ਇੱਥੇ ਵੀ ਕਰਾਂਗੇ ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੇ ਡੇਰਾ ਰਾਧਾ ਸਵਾਮੀ ਦੇ ਵਿੱਚ ਜਾ ਕੇ ਉੱਥੋਂ ਦੇ ਮੁਖੀ ਗੁਰਿੰਦਰ ਸਿੰਘ ਢਿੱਲੋ ਬਾਬਾ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਉਸ ਤੋਂ ਬਾਅਦ ਹਰਿਆਣੇ ਦੀ ਗੱਲ ਕਰਨੀ ਹੈ ਨੂਹ ਦੇ ਵਿੱਚ ਹਿੰਸਾ ਹੋਈ ਮੋਨੂ ਮਾਨੇਸਰ ਨਾਮ ਇੱਕ ਚਰਚਾ ਦੇ ਵਿੱਚ ਰਿਹਾ ਬਾਵਾ ਸਮਾ ਹੋ ਗਿਆ ਸੀਗਾ ਪੁਲਿਸ ਲੱਭਣ ਲੱਗੀ ਸੀ 8 ਮਹੀਨੇ ਤੋਂ ਉੱਪਰ ਦਾ ਸਮਾਂ ਕਹਿੰਦੇ ਸੀਗੇ ਕਿ ਆਪਣੇ ਪਿੰਡ ਦੇ ਵਿੱਚ ਹੀ ਸੀ ਪਰ ਪੁਲਿਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿੰਨੀ ਗੱਲ ਸੱਚੀ ਹੈ ਕਿੰਨੀ ਕੁ ਝੂਠ ਹੈ ਤਾਂ ਪਤਾ ਨਹੀਂ ਪਰ ਇੰਨਾ ਜ਼ਰੂਰ ਹੈ ਅੱਜ ਗ੍ਰਿਫਤਾਰੀ ਹੋਈ ਹੈ ਹੋਰ ਕੀ ਸੰਭਾਵਨਾਵਾਂ ਨੇ ਅੱਗੇ ਉੱਤੇ ਵੀ ਚਰਚਾ ਕਰਾਂਗੇ ਕੁਝ ਦਿਨ ਪਹਿਲਾਂ ਇੱਕ ਉਹਦੇ ਬਿੱਟੂ ਬਜਰੰਗੀ ਦੀ ਵੀ ਗ੍ਰਿਫਤਾਰੀ ਹੋਈ ਸੀ ਭਾਜਪਾ ਨੇ ਵੀ 2024 ਦੀ ਰਣਨੀਤੀ ਤਿਆਰ ਕਰ ਲਈ ਹੈ ਜਿਸ ਹਿਸਾਬ ਦੇ ਨਾਲ ਯੂਥ ਨੂੰ ਕਹਿੰਦੇ ਮੌਕਾ ਦੇਣਾ ਤੇ ਯੂਥ ਦੀ ਟੀਮ ਵੀ ਇਕੱਠੀ ਕੀਤੀ ਹੋਈ ਹੈ ਕਾਹਤੋਂ ਕੀਤੀ ਹੈ ਇਸੇ ਕਰਕੇ ਕਿ ਨੌਜਵਾਨਾਂ ਦਾ ਪ੍ਰਭਾਵ ਬਹੁਤ ਹੈ ਮੋਬਾਈਲਾਂ ਤੇ ਵੀ ਅੱਜਕੱਲ ਕਿਸ ਤਰ੍ਹਾਂ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਟਾਂ ਆਪਣੇ ਵੱਲ ਕਿਵੇਂ ਖਿੱਚਣੀਆਂ ਇੱਥੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਅਸੀਂ ਪੰਜਾਬ ਦੇ ਵਿੱਚ ਰਿਸ਼ਵਤ ਲੈਣ ਦੇ ਮਾਮਲੇ ਜਿਹੜੇ ਵਧੇ ਆ ਤੇ ਤਰੀਕੇ ਵੀ ਬਦਲੇ ਥੋੜੇ ਜਿਹੇ ਔਨਲਾਈਨ ਹੋ ਗਿਆ ਸਾਰਾ ਕੁਝ ਅੱਜਕੱਲ ਕਹਿੰਦੇ ਸੀ ਨਾ ਪਹਿਲਾਂ ਹੱਥਾਂ ਨੂੰ ਰੰਗ ਲੱਗ ਜਾਂਦਾ ਅਗਲੇ ਵੀ ਕਾਲੇ ਐ ਅਗਲੇ ਵੀ ਸਬੂਤ ਮਟਾਉਣ ਨੂੰ ਕਾਲੇ ਆ ਤੇ ਹੁਣ ਇੱਕ ਤਰੀਕਾ ਨਵਾਂ ਵਰਤਿਆ ਜਾ ਰਿਹਾ ਦੋ ਕੇਸ ਇਸ ਤਰ੍ਹਾਂ ਦੇ ਸਾਹਮਣੇ ਆ ਗਏ ਆ ਸਾਹਮਣੇ ਆਏ ਦੋ ਆ ਪਰ ਕਿੰਨੇ ਹੋਣਗੇ ਕਿਹਾ ਨਹੀਂ ਜਾ ਸਕਦਾ ਇਨ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਡੇਰਿਆਂ ਤੋਂ ਪੰਜਾਬ ਦੇ ਵਿੱਚ 10 ਲੱਖ ਤੋਂ ਲੈ ਕੇ 11 12 15 ਤੋਂ ਉੱਪਰ ਕਿੰਨੇ ਇੱਕ ਇਸ ਤਰ੍ਹਾਂ ਦੇ ਵੋਟਰ ਨੇ ਜਿਹੜੇ ਸਿੱਧੇ ਰੂਪ ਚ ਕਈ ਡੇਰਿਆਂ ਨਾਲ ਜੁੜੇ ਹੋਏ ਨੇ ਚਾਹੇ ਉਹ ਸਿਰਸੇ ਵਾਲੇ ਡੇਰੇ ਦੀ ਗੱਲ ਹੋਵੇ ਗੁਰਮੀਤ ਰਾਮ ਰਹੀਮ ਦੀ ਚਾਹੇ ਡੇਰਾ ਬਿਆਸ ਦੀ ਗੱਲ ਹੋਵੇ ਜਾਂ ਫਿਰ ਡੇਰਾ ਬੱਲਾਂ ਦੀ ਗੱਲ ਹੋਵੇ ਇਸ ਤੋਂ ਇਲਾਵਾ ਡੇਰਾ ਹੋਰ ਵੀ ਬਹੁਤ ਸਾਰੇ ਡੇਰੇ ਨੇ ਜਿਨ੍ਹਾਂ ਦੇ ਵਿੱਚ ਨਾਮਤਾਰੀਆਂ ਦਾ ਜ਼ਿਕਰ ਵੀ ਆ ਜਾਂਦਾ ਹੈ ਜਿਹਦੇ ਵਿੱਚ ਨਿਰੰਕਾਰੀਆਂ ਦਾ ਜ਼ਿਕਰ ਵੀ ਆ ਜਾਂਦਾ ਵਕ ਵਕ ਸਮੇਂ ਤੇ ਬਹੁਤ ਸਾਰੇ ਸਿਆਸਤਦਾਨ ਇਨ੍ਹਾਂ ਧਾਰਮਿਕ ਸਥਾਨਾਂ ਤੇ ਪਹੁੰਚਦੇ ਰਹਿੰਦੇ ਨੇ ਸਿੱਧੇ ਰੂਪ ਚ ਭਾਵੇਂ ਨਾ ਕੋਈ ਧਾਰਮਿਕ ਮੁਖੀ ਇਹ ਕਵੇ ਕਿ ਵੋਟ ਇਸ ਪਾਰਟੀ ਨੂੰ ਪਾਓ ਪਰ ਇਹਨਾਂ ਜ਼ਰੂਰ ਹੈ ਹਰ ਇੱਕ ਰਾਜਨੀਤਿਕ ਪਾਰਟੀ ਦੇ ਵਕ ਵਕ ਉੱਚ ਸਿਆਸਤਦਾਨ ਉੱਥੇ ਪਹੁੰਚ ਕੇ ਇੱਕ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ 2002 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਉਸ ਵੇਲੇ ਜੇਕਰ ਸਿਰਸੇ ਤੋਂ ਸ਼ੁਰੂ ਕੀਤਾ ਜਾਵੇ ਤਾਂ ਆਪਣੀ ਸਿਆਸੀ ਪਾਵਰ ਡੇਰੇ ਨੇ ਦਿਖਾਉਣੀ ਸ਼ੁਰੂ ਕੀਤੀ ਸੀ 2002 ਤੋਂ ਪਹਿਲਾਂ 97 ਦੀਆਂ ਵੋਟਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਬਹੁਤਾ ਨਹੀਂ ਸੀਗਾ ਹਾਂ ਡੇਰੇ ਦੇ ਕੁਝ ਕੁ ਲੋਕਾਂ ਨੇ ਸਿਆਸੀ ਵਿੰਗ ਨੂੰ ਮਜ਼ਬੂਤ ਕੀਤਾ ਸੀਗਾ ਉੱਥੇ ਪਰ ਸਿੱਧੇ ਰੂਪ ਚ ਕਈਏ ਪ੍ਰਭਾਵਿਤ ਹੁੰਦੇ ਸੀ ਨਹੀਂ 84 ਤੋਂ ਬਾਅਦ ਬਹੁਤ ਫਰਕ ਆਇਆ ਪਰ ਜਦੋਂ ਰਾਮ ਰਹੀਮ ਨੂੰ ਗੱਦੀ ਸੌਂਪੀ ਗਈ ਤਾਂ ਉਸ ਤੋਂ ਬਾਅਦ 2000 ਲਗਭਗ 2 ਚ ਜਾ ਕੇ ਸਿੱਧੇ ਰੂਪ ਚ ਅਸਰ ਦਿਖਾਈ ਦੇਣ ਲੱਗ ਪਿਆ 2007 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਵਾ ਅਸਰ ਦਿਖਾਈ ਦਿੱਤਾ ਕਹਿੰਦੇ ਤੇ ਉਸ ਵੇਲੇ ਰਾਜਨੀਤਿਕ ਪਾਰਟੀ ਨੂੰ ਵੀ ਸਾਥ ਚੰਗਾ ਮਿਲਿਆ ਸੀ ਫਿਰ 2012 ਦੀਆਂ ਚੋਣਾਂ ਆਈਆਂ ਤੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿੱਧੇ ਰੂਪ ਚ ਪ੍ਰਭਾਵਿਤ ਹੋਇਆ ਡੇਰੇ ਵੱਲੋਂ ਕਿਹਾ ਗਿਆ ਕਿ ਇਧਰ ਵੋਟ ਪਾਈ ਜਾ ਸਕਦੀ ਹੈ ਸਿੱਧੇ ਰੂਪ ਚ ਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਆ ਕਿ ਵੋਟਾਂ ਦੇ ਨਤੀਜੇ ਵੀ ਬਦਲੇ ਚਲੋ ਚੰਗੀ ਗੱਲ ਹੈ ਕਦੀ ਲੋਕਮੀ ਤੇ ਕਦੀ ਖੁੱਲ ਕੇ ਮਦਦ ਤਾਂ ਕੀਤੀ ਜਾਂਦੀ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਡੇਰੇ ਸਿਰਸਤੇ ਦੀ ਮਦਦ ਕਹਿੰਦੇ ਆ ਕਿ ਮਿਲੀ ਆ ਕਿੰਨਾ ਕੁ ਸੱਚ ਆ ਪਤਾ ਨਹੀਂ ਹਰਿਆਣੇ ਵਾਲੇ ਪਾਸੇ ਵੀ ਕਈ ਸਿਆਸਤਦਾਨ ਇਸ ਤਰ੍ਹਾਂ ਦੇ ਸੀ ਲੱਖਾਂ ਰੁਪਏ ਦਾ ਚੈੱਕ ਉੱਥੇ ਜਾ ਕੇ ਦੇ ਕੇ ਤਾਂ ਆਏ ਆ ਪੰਜਾਬ ਦੇ ਵੀ ਕਈ ਸਿਆਸੀ ਪਾਰਟੀਆਂ ਦੇ ਆਗੂ ਉੱਥੇ ਪਹੁੰਚਦੇ ਰਹੇ ਆ ਨਤਮਸਤਕ ਵੀ ਹੁੰਦੇ ਰਹੇ ਆਪਣੇ ਵੱਲੋਂ ਚੈੱਕ ਵੀ ਭੇਂਟ ਕਰਦੇ ਰਹੇ ਆ ਇੱਥੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀ ਜਦੋਂ ਬਿਆਸ ਦੇਰੇ ਵਿੱਚ ਪਹੁੰਚਦੇ ਨੇ ਉੱਥੋਂ ਦੇ ਪੂਰੇ ਕੇਸ ਹਸਾਬ ਨਾਲ ਪ੍ਰਬੰਧ ਕੀਤੇ ਜਾਂਦੇ ਨੇ ਕੇਸ ਹਸਾਬ ਨਾਲ ਸੇਵਾਦਾਰ ਉੱਥੇ ਸੇਵਾ ਕਰਦੇ ਆ ਸਾਰੀਆਂ ਚੀਜ਼ਾਂ ਦੇਖੀਆਂ ਵਾਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੂ ਮੁਖੀ ਨੇ ਉਹਨਾਂ ਦੇ ਨਾਲ ਬੰਦ ਕਮਰਾ ਮੀਟਿੰਗ ਹੁੰਦੀ ਹੈ ਰਾਹੁਲ ਗਾਂਧੀ ਕਿਹੜਾ ਨਹੀਂ ਪਹੁੰਚੇ ਸੀਗੇ ਨਿਤਿਨ ਗੜਕਰੀ ਕਿਹੜਾ ਨਹੀਂ ਆਏ ਰਾਜਨਾਥ ਸਿੰਘ ਕਿਹੜਾ ਉੱਥੇ ਨਹੀਂ ਪਹੁੰਚੇ ਹੋਰ ਵੀ ਕਈ ਨਾਮਵਰ ਸਿਆਸਤਦਾਨ ਉੱਥੇ ਪਹੁੰਚੇ ਆ ਤੇ ਕੱਲ ਦੀ ਜਦੋਂ ਇਹ ਵੱਖਰੀ ਚਰਚਾ ਚੱਲਦੀ ਪਈ ਹੈ ਕਿ ਉੱਥੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ لال ਖੱਟਰ ਆਏ ਨੇ ਇਹਦਾ ਮਤਲਬ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅੱਜ ਦੋ ਦਿਨ ਪਹਿਲਾਂ ਹੀ ਮੋਹਨ ਭਾਗਵਤ ਪੰਜਾਬ ਦੇ ਦੌਰੇ ਤੇ ਆਏ। ਉਹ ਵੀ ਜਦੋਂ ਇੱਕ ਧਾਰਮਿਕ ਸਥਾਨ ਤੇ ਪਹੁੰਚਦੇ ਨੇ ਲੁਧਿਆਣੇ ਵਿੱਚ ਪੈਣੀ ਸਾਹਿਬ ਤਾਂ ਕਿਸੇ ਨੂੰ ਪਤਾ ਹੀ ਨਹੀਂ ਗੱਡੀ ਦੇ ਵਿੱਚ ਸਫ਼ਰ ਕੀਤਾ ਇੰਨਾ ਸੀਕ੍ਰੀਟ ਦੌਰਾ ਸੀ ਕਿ ਉੱਪਰਲੇ ਪਾਸੇ ਉਹ ਇਹ ਕਿਹਾ ਗਿਆ ਕਿ ਭਾਜਪਾ ਦਾ ਕਾਗੂ ਆ ਰਿਹਾ। ਸੀਨੀਅਰ ਆਗੂ ਹੈ। ਇਸ ਲਈ ਸਿਕਿਉਰਿਟੀ ਦਾ ਪ੍ਰਬੰਧ ਕਰਕੇ ਰੱਖੋ। ਪਰ ਇਹ ਨਹੀਂ ਦੱਸਿਆ ਕੌਣ ਸੀ। ਹੁਣ ਅੰਦਰਖਾਤੇ ਉੱਥੇ ਉਹਨਾਂ ਦਾ ਨਿੱਜੀ ਪ੍ਰੋਗਰਾਮ ਸੀ, ਸ਼ਮੂਲੀਅਤ ਹੋਈ ਹੈ। ਕੁਝ ਵੀ ਹੋਵੇ ਪਰ ਇਹਨਾਂ ਜ਼ਰੂਰ ਹੈ। ਕਿ ਲੋਕ ਤੇ ਐਸੀ ਨਜ਼ਰ ਨਾਲ ਦੇਖ ਰਿਹਾ ਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੇ ਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਸਿਆਸਤਦਾਨਾਂ ਦੀ ਧਾਰਮਿਕ ਸਥਾਨਾਂ ਦੇ ਮੁਖੀਆਂ ਨਾਲ ਮੁਲਾਕਾਤ ਹੋਣਾ ਕਿਤੇ ਨਾ ਕਿਤੇ ਵੱਖਰੇ ਸੰਕੇਤ ਦੇ ਰਿਹਾ ਅਸੀਂ ਜਦੋਂ 2017 ਦੀ ਗੱਲ ਕਰਦੇ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰ ਕਈ ਵਾਰ ਕਈ ਢੇਰਾਂ ਤੇ ਗਏ ਸਿਰਸੇ ਵਿੱਚ ਵੀ ਗਏ ਸੀ ਕਹਿੰਦੇ ਤੇ ਬਿਆਸ ਢੇਰੇ ਵੀ ਪਹੁੰਚੇ ਸੀ ਚਰਨਜੀਤ ਸਿੰਘ ਚੰਨੀ ਵੀ ਉੱਥੇ ਪਹੁੰਚੇ ਸੀ ਪਰਿਵਾਰ ਦੇ ਸਮੇਤ ਰਾਣਾ ਕੇਪੀ ਵੀ ਉੱਥੇ ਪਹੁੰਚੇ ਹੋਰ ਵੀ ਕਈ ਸਿਆਸਤਦਾਨ ਨੇ ਜਿਹੜੇ ਉੱਥੇ ਪਹੁੰਚਦੇ ਰਹੇ ਆ ਪਰ ਇਹਨਾਂ ਜ਼ਰੂਰ ਹੈ ਇਸ ਵੇਲੇ ਲੱਗਦਾ ਪਿਆ ਸਿੱਧੇ ਰੂਪ ਤੇ ਅਸਰ ਦਿਖਾਈ ਦੇ ਰਿਹਾ ਹੈ ਮਾਲਵੇ ਖੇਤਰ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਜਦੋਂ ਹੁੰਦੀਆਂ ਨੇ ਤਾਂ ਬਹੁਤ ਜ਼ਿਆਦਾ ਅਸਰ ਦਿਖਾਈ ਦਿੰਦਾ ਹੈ ਖਾਸ ਕਰ ਸਿਰਸੇ ਵਾਲੇ ਡੇਰੇ ਦਾ ਤੇ ਇੱਥੇ ਵੀ ਹੁਣ ਅਸਰ ਦਿਖਾਈ ਦੇ ਸਕਦਾ ਹੈ ਇਸ ਮੁਲਾਕਾਤ ਦੇ ਵਿੱਚੋਂ ਕੀ ਨਿਕਲਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਇਹ ਮੁਲਾਕਾਤਾਂ ਕਿੰਨੇ ਕਿਤੇ ਰਾਜਨੀਤਿਕ ਪੱਖ ਸ਼ੋ ਰਹੀਆਂ ਨੇ ਅੱਗੇ ਵਧਦੇ ਹਾਂ ਗੱਲ ਕਰਨੀ ਆ ਮੋਨੂ ਮਾਨੇ ਸਰਦੀ ਹਰਿਆਣੇ ਦੇ ਨੂਹ ਦੇ ਵਿੱਚ ਹਿੰਸਾ ਹੁੰਦੀ ਹੈ ਹਿੰਸਾ ਤੋਂ ਬਾਅਦ ਕਈ ਤਰ੍ਹਾਂ ਦੇ ਹਾਲਾਤ ਬਦਲੇ ਧਾਰਮਿਕ ਸਥਾਨਾਂ ਨੂੰ ਅਗਜਾਨੀ ਦੇ ਹਵਾਲੇ ਕਰ ਦਿੱਤਾ ਗਿਆ ਅੱਗ ਲਗਾ ਕੇ ਫੂਕ ਦਿੱਤੇ ਗਏ ਬਹੁਤ ਸਾਰੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਕਿਉਂਕਿ ਭਾਰਤ ਦੇ ਵਿੱਚ ਧਰਮ ਦੇ ਨਾਂ ਤੇ ਹਿੰਸਾ ਬਹੁਤ ਜਲਦੀ ਭੜਕਦੀ ਹੈ ਜਿਸ ਹਿਸਾਬ ਦੇ ਨਾਲ ਇਹ ਖਬਰਾਂ ਵੱਖ-ਵੱਖ ਮੀਡੀਆ ਦੇ ਆਧਾਰਿਆਂ ਤੋਂ ਸਾਡੇ ਤੱਕ ਵੀ ਪਹੁੰਚੀਆਂ ਤੁਹਾਡੇ ਤੱਕ ਵੀ ਪਹੁੰਚੀਆਂ 2 ਮਹੀਨੇ ਪਹਿਲਾਂ ਕਤਲ ਹੁੰਦਾ ਉਹ ਕਤਲ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧਿਤ ਦੋ ਨੌਜਵਾਨ ਸੀ ਮੁ슬림 ਸਮਾਜ ਨਾਲ ਸੰਬੰਧਿਤ ਉਹ ਨੌਜਵਾਨ ਹੁਣ ਉਹ ਨੌਜਵਾਨ ਰਾਜਸਥਾਨ ਦੇ ਕਤਲ ਉਹਨਾਂ ਦਾ ਹੁੰਦਾ ਹਰਿਆਣੇ ਦੇ ਵਿੱਚ ਆ ਕੇ ਕੋਈ ਕਹਿੰਦਾ ਕਿ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਉਹਦੇ ਵਿੱਚ ਲਾਸ਼ਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਕੋਈ ਕਹਿੰਦਾ ਜੀ ਮਾਰ ਕੇ ਗੱਡੀਆਂ ਦੇ ਵਿੱਚ ਸੁੱਟਿਆ ਗਿਆ ਇਹ ਜਾਂਚ ਦਾ ਇੱਕ ਹਿੱਸਾ ਜਾਂਚ ਸੰਪੂਰਨ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਕਹਾਣੀ ਕੀ ਹੈ ਜਾਂਚ ਏਜੰਸੀਆਂ ਇਹਦੇ ਵਿੱਚ ਕਾਰਵਾਈ ਕਰ ਰਹੀਆਂ ਨੇ ਪਰ ਜਿਹੜਾ ਕੇਸ ਸਾਹਮਣੇ ਆਇਆ ਸੀ ਹਰਿਆਣੇ ਦੇ ਮੋਨੂ ਮਾਨੇ ਸਰ ਦਾ ਨਾਮ ਸਾਹਮਣੇ ਆਇਆ ਸੀ ਉਹਦੇ ਵਿੱਚ ਇੱਕ ਬਿੱਟੂ ਬਜਰੰਗੀ ਦਾ ਨਾਮ ਵੀ ਆ ਉਹਨੂੰ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਹੁਣ ਕਹਿੰਦੇ ਐ ਕਿ ਹਰਿਆਣੇ ਦੇ ਵਿੱਚ ਬਿੱਟੂ ਤੇ ਦੂਸਰੇ ਪਾਸੇ ਮੋਨੂ ਇਹ ਦੋਨਾਂ ਦਾ ਸੋਸ਼ਲ ਮੀਡੀਆ ਤੇ ਸੰਪਰਕ ਹੋਇਆ ਇੱਕ ਰਾਤ ਪਹਿਲਾਂ ਹਿੰਸਾ ਤੋਂ ਇੱਕ ਰਾਤ ਪਹਿਲਾਂ ਦੋਨਾਂ ਨੇ ਦੱਸਿਆ ਕਿ ਅਸੀਂ ਕਿੱਥੇ ਹੋਣਾ ਉੱਥੇ ਜਾ ਕੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਕਿਸ ਤਰ੍ਹਾਂ ਇੱਕ ਦੂਜਿਆਂ ਨੂੰ ਤਾਣੇ ਮਾਰੇ ਗਏ ਕਿਸ ਤਰ੍ਹਾਂ ਇੱਕ ਸਮਾਜ ਨੂੰ ਤਾਣੇ ਮਾਰੇ ਗਏ ਇੱਥੋਂ ਤੱਕ ਕਹਿ ਦਿੱਤਾ ਗਿਆ ਜੀ ਕੋਈ ਨਹੀਂ ਦੇਖ ਲਾਂਗੇ ਤੇ ਰਾਤ ਨੂੰ ਸੋਸ਼ਲ ਮੀਡੀਆ ਤੇ ਉਹ ਭਾषण ਵਾਇਰਲ ਹੋਣ ਤੋਂ ਬਾਅਦ ਪੁਲਿਸ ਤੱਕ ਵੀ ਕਹਿੰਦੇ ਬਹੁਤ ਕੁਝ ਜਾਣਕਾਰੀ ਪਹੁੰਚ ਗਈ ਸੀ ਫਿਰ ਵੀ ਪ੍ਰਬੰਧ ਨਹੀਂ ਸਹੀ ਤੇ ਕੀਤੇ ਗਏ ਕਿਉਂਕਿ ਜਿਹੜਾ ਉੱਥੇ ਪ੍ਰੋਗਰਾਮ ਕਰਵਾਇਆ ਗਿਆ ਸੀ ਉਹਦਾ ਇੱਕ ਧੜਾ ਮੋਨੂ ਮਾਨੇ ਸਰ ਨੂੰ ਪਸੰਦ ਨਹੀਂ ਕਰਦਾ ਸੀ ਉਹਨੇ ਪਹਿਲਾਂ ਹੀ ਕਹਿਤਾ ਸੀ ਇੱਥੇ ਨਹੀਂ ਆਉਣਾ ਇਹ ਜ਼ਬਰਦਸਤੀ ਉੱਥੇ ਗਏ ਸੀ ਜਾਂ ਫਿਰ ਇਹਨਾਂ ਨੂੰ ਕਿਸੇ ਧੜੇਬੰਦੀ ਨੇ ਬੁਲਾਇਆ ਸੀ ਕੁਛ ਵੀ ਹੋਵੇ ਦੋਨਾਂ ਚੋ ਪਰ ਮਾਹੌਲ ਤਾਂ ਖਰਾਬ ਹੋਇਆ ਨਾ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਮੌਤਾਂ ਲਈ ਜ਼ਿੰਮੇਵਾਰ ਕੌਣ ਹੈ ਪੁਲਿਸ ਕਹਿ ਰਹੀ ਅਸੀਂ ਆਪਣਾ ਕੰਮ ਕੀਤਾ ਹਰਿਆਣੇ ਵਾਲੇ ਸਰਕਾਰ ਕਹਿ ਰਹੀ ਜੇ ਅਸੀਂ ਪੁਲਿਸ ਦੇ ਵਿਭਾਗ ਦੀ ਕਾਰਵਾਈ ਕੀਤੀ ਹੈ ਵਿਭਾਗੀ ਕਾਰਵਾਈ ਕੀਤੀ ਹੈ ਦੇਖੋ ਜੇ ਮੁਅਤਲ ਕਰ ਦਿੱਤੇ ਸਸਪੈਂਡ ਕਰ ਦਿੱਤੇ ਸਸਪੈਂਡ ਕਰਨ ਦੇ ਨਾਲ ਕੀ ਉਹਨਾਂ ਲੋਕਾਂ ਨੂੰ ਨਾ ਪਰਿਵਾਰਾਂ ਨੂੰ ਇਨਸਾਫ ਮਿਲ ਗਿਆ ਇੱਕ ਨੌਜਵਾਨ ਜਿਹਨੇ ਦੂਜੇ ਸੂਬੇ ਦੇ ਵਿੱਚ ਜਾਣਾ ਸੀ ਆਪਣੇ ਪਰਿਵਾਰ ਨੂੰ ਮਿਲਣ ਲਈ ਤੇ ਇੱਕ ਦਿਨ ਹੀ ਰਹਿ ਗਿਆ ਸੀ ਇੱਕ ਘੰਟਾ ਹੀ ਰਹਿ ਗਿਆ ਸੀਗਾ ਤੇ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਉਹਦਾ ਕਤਲ ਕਰ ਦਿੱਤਾ ਗਿਆ ਰੌਲਾ ਤੂੰ ਤੋਂ ਵੀ ਬਹੁਤ ਪਿਆ ਕਿੰਨੇ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਹੋਈ ਉਹ ਇਲਾਕਾ ਹੱਬ ਹੈ ਕੁਸ਼ਕ ਦੂਰੀ ਦੇ ਉੱਪਰ ਗੁਰੂਗ੍ਰਾਮ ਦਾ ਉਹ ਇਲਾਕਾ ਜਾਣਿਆ ਪਛਾਣਿਆ ਇਲਾਕਾ ਕਿਉਂਕਿ ਟੈਕ ਕੰਪਨੀਆਂ ਲਈ ਸਭ ਤੋਂ ਮਸ਼ਹੂਰ ਇਲਾਕਾ ਉਹੀ ਹੈ ਪਰ ਉਤੋਂ ਥੋੜੀ ਜਿਹੀ ਦੂਰ ਇਹ ਜਿਹੜਾ ਪਿੰਡ ਪਿੰਦਾ ਹੈ ਉੱਥੇ ਜ਼ਿਆਦਾਤਰ ਗਰੀਬ ਵੱਸੋ ਰਹਿੰਦੀ ਹੈ ਪਰ ਨਹੀਂ ਇਹ ਨਹੀਂ ਦੇਖਿਆ ਪਿੰਡ ਦੇ ਵਿੱਚ ਗਰੀਬ ਹੈ ਅਮੀਰ ਹੈ ਮੁਸਲਿਮ ਸਮਾਜ ਨਾਲ ਸੰਬੰਧਿਤ ਵਧੇਰੇ ਗਿਣਤੀ ਦੇ ਲੋਕ ਆ ਉੱਥੇ ਇਹ ਨਹੀਂ ਦੇਖਿਆ ਗਿਆ ਉੱਥੇ ਪੂਰੇ ਸ਼ਹਿਰ ਦਾ ਕੰਮ ਬੰਦ ਹੋ ਗਿਆ ਹੁਣ ਇੱਕ ਦੋ ਜਣਿਆਂ ਦੇ ਕਰਕੇ ਇਹ ਹਿੰਸਾ ਇੰਨੀ ਭੜਕੀ ਜਾਂ ਭੜਕਾਈ ਗਈ ਦੋਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਗੱਲ ਹੋ ਸਕਦੀ ਹੈ ਜਾਣਬੁੱਝ ਕੇ ਕੀ ਸਾਜ਼ਿਸ਼ ਰਚੀ ਗਈ ਸੀ ਹੁਣ ਮੋਨੂ ਮਾਨੇਸਰ ਜਿਹਦੇ ਉੱਪਰ ਚਾਰ ਮਾਮਲੇ ਪਹਿਲਾਂ ਹੀ ਦਰਜ ਐ ਇੱਕ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਸੀ ਸਮੇਂ-ਸਮੇਂ ਤੇ ਕਿ ਮੋਨੂ ਮਾਨੇਸਰ ਨੂੰ ਫੜਿਆ ਕਿਉਂ ਨਹੀਂ ਜਾ ਰਿਹਾ گاਉ ਰਖਿਆਕ ਦੇ ਤੌਰ ਤੇ ਆਪਣੇ ਇਲਾਕੇ ਦੇ ਵਿੱਚ ਇਹ ਸਖਸ਼ ਮਸ਼ਹੂਰ ਐ ਜਦੋਂ ਸਕੂਲ ਵਿੱਚ ਪੜਦਾ ਸੀ ਤਾਂ ਉਸ ਵੇਲੇ ਇੱਕ ਵਾਰ ਗਾਉ ਰੱਖਿਆ ਦੇ ਨਾਂ ਦੇ ਉੱਪਰ ਇਹਨਾਂ ਨੇ ਇੱਕ گاਉਆਂ ਜਿਹੜੀਆਂ ਲੈ ਕੇ ਜਾਂਦੇ ਸੀ ਉਹਨਾਂ ਨੂੰ ਫੜ ਲਿਆ। ਕਲਾਸ ਦੇ ਵਿੱਚ ਆਇਆ। ਮੁੰਡਿਆਂ ਨੇ ਕਹਿਤਾ ਜੀ ਬਹੁਤ ਵਧੀਆ ਕੰਮ ਕੀਤਾ ਉਹ ਤੋਂ ਹੱਲਾਸ਼ੇਰੀ ਮਿਲ ਗਈ। ਬਾਅਦ ਦੇ ਵਿੱਚ ਹੌਲੀ-ਹੌਲੀ ਰੁਝਾਨ ਵੱਧ ਗਿਆ। ਪੜ੍ਹਾਈ ਅੱਗੇ ਵੱਲ ਡਿਪਲੋਮਾ ਕਰ ਲਿਆ। ਡਿਪਲੋਮੇ ਦੇ ਦੌਰਾਨ ਵੀ 10000 ਤੋਂ ਵੱਧ ਲੋਕ ਉਸ ਸੰਗਠਨ ਨਾਲ ਜੁੜੇ ਹੋਏ ਨੇ। ਗਾਉ ਰੱਖਿਆ ਦੇ ਤੌਰ ਤੇ ਕੰਮ ਕਰਦੇ ਚੰਗੀ ਗੱਲ ਹੈ ਕਰਨਾ ਚਾਹੀਦਾ। ਕਿਉਂਕਿ گاਉ ਨੂੰ ਬਹੁਤ ਸਤਿਕਾਰ ਦਿੱਤਾ ਗਿਆ। ਇਹਨਾਂ ਦੇ ਸਮਾਜ ਦੇ ਵਿੱਚ ਵੀ ਮਾਂ ਦੇ ਬਰਾਬਰ ਦਰਜਾ ਦਿੱਤਾ ਗਿਆ। ਪਰ ਸਵਾਲ ਇਹ ਉੱਠਦਾ ਪਿਆ ਕਿ ਜਿਸ ਵੇਲੇ ਉਹਨਾਂ ਲੋਕਾਂ ਦੀ ਮੌਤ ਹੁੰਦੀ ਹੈ ਜਾਂ ਜਾਣ ਬੁੱਝ ਕੇ ਮਾਰਿਆ ਜਾਂਦਾ ਜਾਂ ਇਸ ਤਰ੍ਹਾਂ ਦੀ ਮੌਬ ਲਿੰਚਿੰਗ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਜ਼ਿੰਮੇਵਾਰ ਕੌਣ ਹੈ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਹੈ ਅਦਾਲਤ ਨੇ ਪਿਛਲੇ ਦਿਨੀ ਇੱਥੋਂ ਤੱਕ ਕਹਿਤਾ ਸੀਗਾ ਕਿ ਜਿਹੜੇ ਮਾਮਲੇ ਵੱਧਦੇ ਪਏ ਐ ਇਹ ਲਈ ਦੱਸਿਆ ਜਾਵੇ ਜ਼ਿੰਮੇਵਾਰ ਕੌਣ ਹੈ 80 ਤੋਂ ਵੱਧ ਲੋਕਾਂ ਦੀ ਮੌਤ ਆ ਤਿੰਨਕ ਸਾਲਾਂ ਦੇ ਵਿੱਚ ਹੋ ਚੁੱਕੀ ਹੈ ਉਹਦੇ ਵਿੱਚ ਕਿਸੇ ਦਾ ਕਸੂਰ ਸੀਗਾ ਕਿ ਨਹੀਂ ਅਜੇ ਤੱਕ ਸਪਸ਼ਟ ਨਹੀਂ ਹੋਇਆ ਸ਼ੱਕ ਦੇ ਆਧਾਰ ਤੇ ਮੌਤ ਹੋ ਗਈ ਉਹਨਾਂ ਦੀ ਜੁਪੀ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕੀ ਹੋਇਆ ਹਰਿਆਣਾ ਦੇ ਵਿੱਚ ਵੀ ਕੀ ਇਹ ਉਸ ਤਰ੍ਹਾਂ ਦੀ ਘਟਨਾ ਸੀ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਸੀ ਜਾਂ ਸੱਚਮੁੱਚ ਸੀ ਫਿਰ ਕੰਨੇ ਪਏ ਕਿ ਜਾਂਚ ਦਾ ਹਿੱਸਾ ਹੈ ਘਰ ਦੇ ਕੋਨੇ ਦੇ ਵਿੱਚ ਜਿੱਥੇ ਦੋ گاਵਾ ਬੰਨੀਆਂ ਹੋਈਆਂ ਸੀ ਉੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਹੁਣ ਇਹ ਕਹਿੰਦੇ ਆ ਕਿ گاਉ ਰੱਖਿਆ ਦੇ ਨਾਂ ਦੇ ਉੱਪਰ ਇਹ ਜਾਣ ਬੁੱਝ ਕੇ ਬਦਮਾਸ਼ੀ ਕੀਤੀ ਜਾ ਰਹੀ ਹੈ گاਉ ਰੱਖਿਆ ਦਾ ਕਹਿਣਾ ਹੈ ਰੱਖਿਆ ਕੰ ਦਾ ਕਹਿਣਾ ਹੈ ਕਿ ਅਸੀਂ ਸੇਵਾ ਕਰਦੇ ਪਏ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਇਹ ਜਾਣ ਬੁੱਝ ਕੇ ਲੋਕ ਸਾਨੂੰ ਪਰੇਸ਼ਾਨ ਕਰਦੇ ਨੇ ਅਜੇ ਤੱਕ ਸਥਿਤੀ ਕਿਸੇ ਵੀ ਤਰ੍ਹਾਂ ਦੀ ਸਪਸ਼ਟ ਨਹੀਂ ਹੋ ਰਹੀ ਕਿ ਇਸ ਮਾਮਲੇ ਦੇ ਵਿੱਚ ਮਾਸਟਰਮਾਈਂਡ ਕੌਣ ਹੈ ਪਰ ਦੋ ਜਣਿਆਂ ਦਾ ਨਾਮ ਆਇਆ ਸੀ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੱਜ 8 ਮਹੀਨੇ ਬਾਅਦ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਦੌਰਾਨ ਦੇਖਦੇ ਹਾਂ ਗੱਲ ਕਿੱਦਾਂ ਨੂੰ ਜਾਂਦੀ ਹੈ ਸਾਲ 2015 ਦਾਦਰੀ 'ਚ ਰਹਿਣ ਵਾਲੇ ਅਖਲਾਕ ਦੀ ਜਾਨ ਗਈ ਸੀ ਸਾਲ 2019 'ਚ ਓਨੇ 'ਚ ਇੱਕ ਦਲਿਤ ਨੌਜਵਾਨ ਦੀ ਕੁੱਟਮਾਰ ਕੀਤੀ ਗਈ 2017 ਵਿੱਚ ਅਲਵਰ ਦੀ ਘਟਨਾ ਨੂੰ ਕੌਣ ਨਹੀਂ ਜਾਣਦਾ ਉੱਥੇ ਪਹਿਲੂ ਖਾਨ ਨੂੰ ਗੱਡੀ 'ਚ ਗਾਂ ਲੈ ਕੇ ਜਾਣ ਕਰਕੇ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀਗਾ ਬੜੀਆਂ ਮਿੰਤਾ ਕੀਤੀਆਂ ਕਹਿੰਦੇ ਪਰ ਕੀ ਮਾਮਲਾ ਸੀ ਉਹ ਅਜੇ ਤੱਕ ਚੱਲਦਾ ਪਿਆ ਸਪਸ਼ਟ ਰਿਪੋਰਟ ਨਹੀਂ ਆਈ ਸਾਹਮਣੇ 2019 ਸਾਲ ਦੇ ਵਿੱਚ ਹਿਊਮਨ ਰਾਈਟਸ ਵਾਚ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਗਾਉ ਰੱਖਿਆ ਦੇ ਨਾਂ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੂੰ ਰੋਕੋ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਨੇ ਵੀ ਜਿਹੜੀ ਇਹ ਹਿੰਸਾ ਹੋ ਰਹੀ ਸੀ ਉੱਤੇ ਜ਼ਿਕਰ ਕੀਤਾ ਸੀ ਉਹ ਕਹਿੰਦੇ ਸੀ ਸਾਰਾ ਕੁਝ ਰੁਕਣਾ ਚਾਹੀਦਾ ਹੈ ਤੇ ਫਿਰ ਕਿਉਂ ਨਹੀਂ ਰੁਕ ਰਿਹਾ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਲੱਭਣ ਦੀ ਜ਼ਰੂਰਤ ਹੈ ਰਿਪੋਰਟ ਅਨਸਾਰ ਮਈ 2015 ਤੇ ਦਸੰਬਰ 2018 ਦੇ ਦਰਮਿਆਨ 12 ਸੂਬਿਆਂ ਵਿੱਚ 44 ਲੋਕਾਂ ਦਾ ਕਤਲ ਗਿਆ ਕੀਤਾ ਗਿਆ ਸੀ ਜਿਹਦੇ ਵਿੱਚੋਂ 36 ਲੋਕ ਮੁਸਲਮਾਨ ਸਮਾਇਨਸ ਬੰਦਸ ਸੀਗੇ ਹੁਣ ਫਿਰ ਗੱਲ ਉੱਥੇ ਆਂਦੀ ਹੈ ਇੱਕ ਪਾਸੇ ਧਰਮ ਦੀ ਗੱਲ ਹੈ ਪਵਿੱਤਰਤਾ ਦੀ ਗੱਲ ਹੈ ਪਰ ਦੂਸਰੇ ਪਾਸੇ ਜਾਣਬੁੱਝ ਕੇ ਜੇ ਸਾਰਾ ਕੁਝ ਹੋ ਰਿਹਾ ਤਾਂ ਉਹਦੇ ਮਾਮਲੇ ਵਿੱਚ ਸਿਖਰਲੀ ਅਦਾਲਤ ਨੂੰ ਵਿੱਚ ਦਖਲਅੰਦਾਜ਼ੀ ਕਰਨੀ ਪਈ ਸੀ ਦੇਖਦੇ ਹਾਂ ਹੁਣ ਗੱਲ ਕਿੱਧਰ ਨੂੰ ਜਾਂਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਮਾਮਲਾ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਹਰਿਆਣੇ ਦੀ ਨੂਹ ਵਿੱਚ ਜੋ ਹਿੰਸਾ ਹੋਈ ਸੀਗੀ ਉਹਦੇ ਵਿੱਚ ਮੁੱਖ ਦੋਸ਼ੀ ਜਿਹਨੂੰ ਮੰਨਿਆ ਜਾ ਰਿਹਾ ਸੀ ਉਹਦੀ ਅੱਜ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ ਘੱਟੋ ਘੱਟ 8 ਮਹੀਨੇ ਬਾਅਦ ਅੱਗੇ ਵਧਦੇ ਹਾਂ ਗੱਲ ਕਰਨੀਆਂ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਭ੍ਰਿਸ਼ਟਾਚਾਰ ਖਤਮ ਕਰਨਾ ਸਰਕਾਰਾਂ ਉੱਥੇ ਨੰਬਰ ਜਾਰੀ ਕਰਦੀਆਂ ਨੇ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇੱਕ ਨੰਬਰ ਜਾਰੀ ਕੀਤਾ ਕਿ ਜਿਹਨੂੰ ਵੀ ਲੱਗਦਾ ਪਿਆ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ ਜਿਹਨੂੰ ਵੀ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੁਹਾਡੇ ਕੋਲ ਕੋਈ ਪੈਸੇ ਮੰਗ ਰਿਹਾ ਆ ਚੱਕੋ ਨੰਬਰ ਇੱਥੇ ਇੱਕ ਫੋਨ ਕਰੋ ਅਸੀਂ ਗਰੰਟੀ ਦਿੰਦੇ ਆਂ ਕਹਿੰਦੇ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਵੇਗੀ ਕਿਸੇ ਦਾ ਨਾਂ ਸਾਹਮਣੇ ਨਹੀਂ ਆਏਗਾ ਵਿਜੀਲੈਂਸ ਦੇ ਕੋਲ ਲੱਖਾਂ ਸ਼ਿਕਾਇਤਾਂ ਪਹੁੰਚੀਆਂ ਉਹਦੇ ਵਿੱਚੋਂ ਕੁਝ ਕੁ ਝੂਠੀਆਂ ਸੀ ਬਹੁਤੀਆਂ ਸੱਚੀਆਂ ਸੀ ਅਜੇ ਤੱਕ ਵੀ ਲੱਖਾਂ ਦੇ ਵਿੱਚੋਂ ਕਈ ਮਾਮਲੇ ਲਟਕਦੇ ਪਏ ਆ ਉੱਥੇ ਤੱਕ ਤਾਂ ਪਹੁੰਚ ਨਹੀਂ ਹੋਇਆ ਵਿਜੀਲੈਂਸ ਦਾ ਕਿਉਂਕਿ ਵਿਭਾਗ ਵੀ ਹੈਗਾ ਜਾਂ ਤੱਕ ਗਿਣਤੀ ਬਤਾ ਲਓ ਕਿ ਕਿ ਸ਼ਿਕਾਇਤਾਂ ਬਹੁਤ ਆ ਅਜੇ ਤੱਕ ਵੀ ਕਈ ਸ਼ਿਕਾਇਤਾਂ ਖੜੀਆਂ ਨੇ ਪਰ ਸਵਾਲ ਇਹ ਉੱਠਦਾ ਪਿਆ ਕਿ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੀ ਕੰਮ ਠੰਡਾ ਹੋਇਆ ਕੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋਇਆ ਤੁਸੀਂ ਖੁਦ ਦੱਸੋ ਕਮੈਂਟ ਕਰਕੇ ਕਿ ਇੱਥੇ ਤੁਹਾਡੇ ਇਲਾਕੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਕਦੀ ਨਾ ਕਦੀ ਤਹਿਸੀਲ ਦੇ ਵਿੱਚ ਗਏ ਹੋਮੋਗੇ ਤਹਿਸੀਲ ਦੇ ਵਿੱਚ ਇਸ ਵੇਲੇ ਕੀ ਕੋਈ ਰਿਸ਼ਵਤ ਤਾਂ ਨਹੀਂ ਮੰਗਦਾ ਪਿਆ ਪਟਵਾਰੀਆਂ ਦਾ ਕੰਮ ਹੁੰਦਾ ਕੀ ਇਸ ਵੇਲੇ ਕੋਈ ਤੁਹਾਡੇ ਕੋਲ ਪੈਸੇ ਦੀ ਮੰਗ ਤਾਂ ਨਹੀਂ ਕਰ ਰਿਹਾ ਲਾਈਸੈਂਸ ਬਣਾਉਣਗੇ ਹੋਮੂਗੇ ਕਿ ਉੱਥੇ ਕਦੀ ਕੋਈ ਇਹ ਕਹ ਕੇ ਪੈਸੇ ਨਹੀਂ ਮੰਗਦਾ ਕੋਈ ਨਹੀਂ ਜੀ ਐਨੇ ਦਿਨ ਕਾਤੇ ਲੱਗਣੇ ਆ ਐਨੇ ਕ ਪੈਸੇ ਲੱਗਣੇ ਆ ਦੱਸੋ ਅਸੀਂ ਬਣਾ ਦਈਏ ਇੱਥੋਂ ਤੱਕ ਕਿ ਕਈ ਟੈਸਟ ਦੇ ਨਾਂ ਤੇ ਵੀ ਪੈਸੇ ਠੱਗਦੇ ਪਏ ਆ ਰਿਪੋਰਟਾਂ ਆ ਰਹੀਆਂ ਨੇ ਪਰ ਤੁਸੀਂ ਦੱਸਿਓ ਕਿੱਥੋਂ ਕਿੱਥੋਂ ਇਸ ਵੇਲੇ ਸਾਡੇ ਨਾਲ ਜੁੜੇ ਹੋਇਓ ਤੇ ਕਿੱਥੋਂ ਤੱਕ ਇਹ ਗੱਲਾਂ ਪਹੁੰਚਦੀਆਂ ਨੇ ਜਰੂਰ ਦੱਸਿਓ ਪਰ ਇਹਨਾਂ ਜ਼ਰੂਰ ਹੈ ਪੰਜਾਬ ਸਰਕਾਰ ਨੇ ਨੰਬਰ ਜਾਰੀ ਕੀਤਾ ਉਹ ਨੰਬਰ ਜਾਰੀ ਕਰਨ ਤੋਂ ਬਾਅਦ ਰਿਪੋਰਟਾਂ ਕੰਪਲੀਟਾਂ ਬਹੁਤ ਸਾਰੀਆਂ ਆਈਆਂ ਇਹਨਾਂ ਨੇ ਕਾਰਵਾਈ ਵੀ ਕੀਤੀ ਹੈ ਪਰ ਜਿਹੜਾ ਇੰਨੀਆਂ ਫੈਲੀਆਂ ਹੋਈਆਂ ਨੇ ਕੀ ਖਤਮ ਨਹੀਂ ਹੋ ਰਹੀਆਂ ਪਰ ਸਰਕਾਰ ਨਵੀਆਂ ਸਕੀਮਾਂ ਲਿਆ ਰਹੀ ਹੈ ਚੋਰ ਉਹ ਤੋਂ ਵੀ ਜ਼ਿਆਦਾ ਚਲਾਕ ਹੁੰਦੇ ਜਾ ਰਹੇ ਨੇ ਰਿਸ਼ਵਤ ਲੈਣ ਵਾਲੇ ਚਲਾਕ ਹੁੰਦੇ ਜਾ ਰਹੇ ਨੇ ਆ ਇੱਕ ਤੋਂ ਕੇਸ ਸਾਹਮਣੇ ਆਇਆ ਇੱਕ ਤੋਂ ਲੈ ਕੇ 5 ਲੱਖ ਰੁਪਏ ਰਿਸ਼ਵਤ ਲੈਣ ਦਾ ਖਲਾਸਾ ਹੋਇਆ ਕਿਉਂ ਕਿਦਾਂ ਹੋ ਗਿਆ ਉਹ ਕਹਿੰਦੇ ਫੋਨ ਦੇ ਉੱਪਰ ਆਨਲਾਈਨ ਸਾਰੀ ਇਹ ਰਿਸ਼ਵਤ ਲਈ ਗਈ ਹੈ ਦਰਅਸਲ ਜਦੋਂ 트ੈਪ ਲਗਾਇਆ ਜਾਂਦਾ ਜਾਲ ਪਛਾਇਆ ਜਾਂਦਾ ਤੇ ਵਿਜੀਲੈਂਸ ਉਹਨਾਂ ਰੋਟਾਂ ਨੂੰ ਰੰਗ ਲਗਾਉਣ ਦੀ ਪਹਿਲਾਂ ਹੀ ਵਿਜੀਲੈਂਸ ਕਹਿੰਦੀ ਆ ਕੋਈ ਨਹੀਂ ਜੇ ਨੋਟ ਦੇ ਦਿਓ ਤੁਸੀਂ ਅਸੀਂ ਆਲੇ ਦੁਆਲੇ ਹੁਣਾ ਤੇ ਫਿਰ ਅਚਾਨਕ ਉੱਥੇ ਪਹੁੰਚ ਗਏ ਰੰਗੇ ਹੱਥੀ ਫੜ ਲਿਆ ਜਾਂਦਾ ਹੈ ਰੰਗੇ ਹੱਥੀ ਦਾ ਮਤਲਬ ਇਹੀ ਹੈ ਕਿ ਹੱਥਾਂ ਉਹਨੂੰ ਨੋਟ ਨੂੰ ਥੋੜਾ ਜਿਹਾ ਰੰਗ ਲਗਾਇਆ ਹੁੰਦਾ ਬਾਅਦ ਵਿੱਚ ਗਲਾਸ ਦੇ ਵਿੱਚ ਐਂ ਡਬਾਉਂਦੇ ਆ ਉਹ ਥੋੜਾ ਜਾਮਨੀ ਜਿਹਾ ਲੱਗਦਾ ਕਦੀ ਗੁਲਾਬੀ ਜਿਹਾ ਲੱਗਦਾ ਉੱਥੋਂ ਪਤਾ ਲੱਗ ਜਾਂਦਾ ਕਿ ਇਹ ਬੰਦਿਆ ਨੇ ਰਿਸ਼ਵਤ ਲਈ ਹੈ ਰੰਗੇ ਹੱਥੀ ਫੜ ਲਿਆ ਇਹੀ ਹੁੰਦਾ ਪਰ ਇੱਥੇ ਹੁਣ ਰੰਗੇ ਹੱਥੀ ਫੜਨ ਤੋਂ ਬਚਣ ਲਈ ਵੀ ਜਿਗਾਰ ਲਗਾ ਲਏ ਗਏ ਨੇ ਆਨਲਾਈਨ ਕੋਈ ਪੇਟੀਐਮ ਹੈ ਕੋਈ ਯੂਪੀਆਈ ਹੈ ਕੋਈ ਕਿਸੇ ਤਰੀਕੇ ਨਾਲ ਹੋਰ ਦੋ ਤਿੰਨ ਪਲੇਟਫਾਰਮ ਨੇ ਉਹਦੇ ਜ਼ਰੀਏ ਪੈਸੇ ਲੈ ਰਹੇ ਦਰਸਲ گوگل ਪੇ ਤੇ 4000 ਰੁਪਏ ਇੱਕ ਪਟਵਾਰੀ ਨੇ ਰਿਸ਼ਵਤ ਲਈ ਵਿਜੀਲੈਂਸ ਬਿਊਰੋ ਨੇ 15 ਜੁਲਾਈ 2023 ਨੂੰ ਤਰਨਤਨ ਦੇ ਕੋਲ ਪੈਂਦਾ ਪੱਟੀ ਉਥੋਂ ਦਾ ਇੱਕ ਪਟਵਾਰੀ ਸੀਗਾ ਸਰਕਲ ਦਾ ਉਸ ਸਰਕਲ ਦਾ ਇੱਕ ਇਲਾਕੇ ਦਾ ਪਟਵਾਰੀ ਸੀਗਾ ਤੇ ਉਹਨੇ ਦੱਸਿਆ ਕਿ ਕੰਮ ਤਾਂ ਮੈਂ ਕਰਾ ਦੂੰਗਾ ਉੱਪਰ ਸਾਹਿਬ ਨੂੰ ਵੀ ਚਾਹੀਦੇ ਆ ਥੋੜੇ ਜਿਹੇ ਤੇ ਸਾਡੇ ਹੋਰ ਵੀ ਬੰਦੇ ਹੈਗੇ ਕੰਮ ਤਾਂ ਡਾ ਔਖਾ ਇਦਾਂ ਹੋਣਾ ਨਹੀਂਗਾ ਪੈਸੇ ਲੱਗਣੇ ਆ ਉਹ ਕਹਿੰਦੇ ਕੋਈ ਨਹੀਂ ਜੀ ਪੈਸੇ ਦੇਖ ਲਓ ਤੁਸੀਂ ਕਿੰਨੇ ਕੁ ਲੱਗਣੇ ਆ 4000 ਰੁਪਏ ਲੱਗਣਾ ਕਹਿੰਦੇ 4000 ਰੁਪਏ ਕੱਢੇ ਉਹ ਨਹੀਂ ਬੜਾਤੇ ਕਹਿੰਦੇ ਨਹੀਂ ਇਦਾਂ ਨਹੀਂ ਪੈ ਪੈਸੇ ਇਦਾਂ ਨਹੀਂ ਅੱਜਕੱਲ ੱਤਕਾ ਹੋ ਜਾਂਦਾ ਅੱਜਕੱਲ ਲੋਕ ਵੀਡੀਓ ਬਣਾ ਲੈਂਦੇ ਆ ਤੁਸੀਂ ਇਦਾਂ ਕਰਿਓ ਆਨਲਾਈਨ ਪਾ ਦਿਓ ਜੀ ਚਲੋ ਇਹ ਗੱਲ ਆ ਗਈ ਪਰ ਚਲਾਕ ਬੰਦੇ ਦਾ ਚਲਾਕ ਹੁੰਦਾ ਜੇ ਅਗਲੇ ਚਲਾਕੇ ਤਾਂ ਅਗਲਾ ਕਿਹੜਾ ਨਹੀਂ ਚਲਾਕ ਹੋਣਾ ਕਿਸੇ ਨਾ ਕਿਸੇ ਤਰੀਕੇ ਰਿਕਾਰਡਿੰਗ ਕਰ ਲਈ ਵਿਜੀਲੈਂਸ ਨੂੰ ਦੱਸਿਆ ਗਿਆ ਸੀ ਉਹਨਾਂ ਨੇ ਬੰਦੇ ਨੂੰ ਫੜ ਲਿਆ ਇੱਕ ਕੇਸ ਤਾਂ ਇਹ ਹੋ ਗਿਆ ਦੂਸਰੇ ਪਾਸੇ ਦੇਖੋ ਹੋਇਆ ਕੀ ਹੁਣ ਬੰਦੇ ਉਹ ਵੀ ਚਲਾਕ ਸੀ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਰਿਸ਼ਵਤ ਦੇ ਪੈਸੇ ਇਹਨੇ ਇਕੱਠੇ ਨਹੀਂ ਲੈ ਸਕਦੇ 20000 ਰੁਪਈਆ ਸੀਗਾ ਵੀਰ ਅਗਲਾ ਪਾਰਟੀ ਦੇਣ ਨੂੰ ਤਿਆਰ ਸੀਗੀ ਪਰ ਕਹਿੰਦੇ ਸਾਡੇ ਉੱਠੇ ਨਹੀਂ ਗਏ ਕਿਸ਼ਤਾਂ ਕਰਤੀਆਂ ਹੁਣ ਜੇਕਰ ਰਿਸ਼ਵਤ ਵੀ ਕਿਸ਼ਤਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਤੇ ਇਹ ਤੋਂ ਵੱਡੀ ਹੋਰ ਕਿਹੜੀ ਕਿਹੜਾ ਬਦਲਾਅ ਹੋ ਸਕਦਾ ਹੈ ਇਹ ਵੀ ਤਾਂ ਇੱਕ ਹਿਸਾਬ ਦਾ ਬਦਲਾਅ ਹੀ ਹੈ ਇਹ ਵੀ ਤਾਂ ਤਕਨੀਕੀ ਬਦਲਾਅ ਹੈ ਇਹ ਵੀ ਤਾਂ ਆਨਲਾਈਨ ਦੁਨੀਆ ਦੇ ਵਿੱਚ ਇੱਕ ਨਵਾਂ ਬਦਲਾਅ ਹੈ ਹੁਣ ਰਿਸ਼ਵਤ ਵੀ ਆਨਲਾਈਨ ਦਿੱਤੀ ਜਾ ਪਈ ਹੈ ਇਹ ਵੀ ਇੱਕ ਬਹੁਤ ਵੱਡੀ ਖਬਰ ਹੈ ਜਿਸ ਹਿਸਾਬ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਵਿਭਾਗ ਦੇ ਵਿੱਚ ਖਲਾਸਾ ਹੋਇਆ ਜਾਂਚ ਕਮੇਟੀ ਨੇ ਰਿਪੋਰਟ ਵਿੱਚ ਦੱਸਿਆ ਕਿ ਵਿੱਤ ਵਿਭਾਗ ਦੇ ਵਿੱਚ ਹੁਣ ਤੱਕ 86 ਲੱਖ 44 ਹਜ਼ਾਰ ਤੇ 22 ਰੁਪਏ ਦਾ ਘਪਲਾ ਹੋਇਆ ਵਿੱਤ ਵਿਭਾਗ ਦੇ ਵਿੱਚ ਹੀ ਘਪਲਾ ਹੋ ਗਿਆ ਪੈਸਿਆਂ ਦਾ ਹੀ ਨਹੀਂ ਪਤਾ ਲੱਗਦਾ ਪਏ 86 ਲੱਖ ਹੈ ਕਿੱਥੇ ਹੈ ਪਿਛਲੇ ਦਿਨੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਹ ਮੁੱਦਾ ਚੁੱਕਿਆ ਸੀ ਗੱਲ ਸਾਹਮਣੇ ਆਈ ਸੀ ਪਰ ਅੱਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਵਿਭਾਗੀ ਕਾਰਵਾਈਆਂ ਨਹੀਂ ਠੰਡੀ ਘਾਤੋਂ ਆ ਕਿਉਂ ਨਹੀਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਵੈਸੇ ਕਾਰਵਾਈ ਪਹਿਲਾਂ ਵੀ ਠੰਡੀ ਸੀਗੀ ਪੰਜਾਬ ਦੇ ਤਿੰਨ ਚਾਰ ਟਿੰਕ ਕੈਬਨਟ ਮੰਤਰੀ ਸੀ ਉਹਨਾਂ ਦੇ ਖਿਲਾਫ ਰਿਪੋਰਟਾਂ ਆਈਆਂ ਪਰ ਥੋੜੀ ਰਫਤਾਰ ਦੇ ਨਾਲ ਕੰਮ ਹੋਇਆ ਇੱਥੇ ਤੱਕ ਇੱਕ ਕੈਬਨਿਟ ਮੰਤਰੀ ਦੀ ਆਡੀਓ ਵੀ ਘੁੰਮਦੀ ਰਹੀ ਉਹਨੂੰ ਕਹਿੰਦੇ ਸੀ ਅਸਤੀਫਾ ਦਿਓ ਬੜਾ ਰੌਲਾ ਪੈ ਗਿਆ ਪਰ ਨਹੀਂ ਉਹ ਵੀ ਠੰਡੇ ਬਸਤੇ ਕੰਮ ਪਿਆ ਰਿਆ ਵਿਰੋਧੀ ਧਿਰਾਂ ਨੇ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ ਖੈਰ ਉਹ ਰਾਜਨੀਤਿਕ ਮਸਲਾ ਪਰ ਇੱਥੇ ਜਿਸ ਹਿਸਾਬ ਦੇ ਨਾਲ ਵਿਜੀਲੈਂਸ ਉੱਡ ਰੰਗੇ ਹੱਤੀ ਫੜਦੀ ਪਈ ਹੈ ਆਨਲਾਈਨ ਪੇਮੈਂਟ ਕੀਤੀ ਜਾ ਰਹੀ ਹੈ ਰਿਸ਼ਵਤ ਦਿੱਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡੀ ਖਬਰ ਹੈ ਇਹਨੂੰ ਠੱਲ ਪਾਉਣੀ ਪੈਣੀ ਹੈ ਬਹੁਤ ਸਾਰੀਆਂ ਕੰਪਲੇਟਾਂ ਵਿਜੀਲੈਂਸ ਦੇ ਕੋਲ ਇਸ ਵੇਲੇ ਹੈਗੀਆਂ ਬਹੁਤ ਸਾਰੀਆਂ ਰਿਪੋਰਟਾਂ 3 ਲੱਖ ਤੋਂ ਉੱਪਰ ਰਿਪੋਰਟਾਂ ਉਹਦੇ ਲੈ ਕੇ ਪੰਜਾਬ ਦੇ ਕੁਝ ਕੁ ਸਖਸ਼ੀਤਾ ਉੱਚ ਸਖਸ਼ੀਤਾ ਵੀ ਹੈ ਸਿਆਸਤਦਾਨ ਵੀ ਹੈ ਕੁਸ਼ਕ ਸਾਹਿਬ ਦਾ ਵਿਧਾਇਕ ਵੀ ਹੈ ਕੁਸ਼ਕ ਸਾਹਿਬ ਦਾ ਮੰਤਰੀ ਵੀ ਨੇ ਜਿਨ੍ਹਾਂ ਦੇ ਖਿਲਾਫ ਇਸ ਵੇਲੇ ਕਾਰਵਾਈ ਕੀਤੀ ਜਾ ਸਕਦੀ ਹੈ ਦੇਖਦੇ ਆਂ ਉਹਦੇ ਦਿਨਾਂ ਨੂੰ ਗੱਲ ਕਿੱਦਾਂ ਚੱਲਦੀ ਹੈ ਐਵੇਂ ਤਾਂ ਨਹੀਂ ਰਾਜਾ ਬੜਿੰਗ ਨੂੰ ਵੀ ਸੁਣਾਤਾ ਕਿ ਭਾਈ ਬਸਾਂ ਦੀਆਂ ਬਾਡੀਆਂ ਵੀ ਖੜਕਦੀਆਂ ਪਈਆਂ ਸੀ ਐਵੇਂ ਤਾਂ ਨਹੀਂ ਸੁੰਦਰ ਸ਼ਾਮ ਉਹਨਾਂ ਨੂੰ ਕਹਿ ਦਤਾ ਸੀਗਾ ਸੁੰਦਰ ਸ਼ਾਮ ਰੂੜੇ ਦੀਆਂ ਸੁੰਦਰ ਰਾਤਾਂ ਸੀਆਂ ਉਸ ਵੇਲੇ ਵੀ ਤਾਂ ਬੜੇ ਖਲਾਸੇ ਹੋਏ ਸੀ ਨੋਟ ਵਾਲੀ ਮਸ਼ੀਨ ਆਪ ਵੀ ਨਾਲ ਲੈ ਕੇ ਤੁਰ ਪਏ ਨਾਲ ਪੈਸੇ ਵੀ ਸੀ ਨੋਟ ਮਸ਼ੀਨ ਗਿਣਨ ਵਾਲੀ ਜਦੋਂ ਸਿਆਸਤਦਾਨ ਇਥੇ ਤੱਕ ਪਹੁੰਚ ਜਾਂਦੇ ਨੇ ਤਾਂ ਪਿੰਦਾਜ਼ਾ ਲਗਾਇਆ ਜਾ ਸਕਦਾ ਹੈ ਭਾਰਤ ਪੁਸ਼ਨਾਸ਼ੂ ਅੱਜ ਕਹਿੰਦੇ ਅਸੀਂ ਕਿਹੜਾ ਵਿਜੀਲੈਂਸ ਦੇ ਦਬਕਿਆਂ ਤੋਂ ਡਰਨ ਵਾਲੇ ਆ ਠੀਕ ਹੈ ਭਾਈ ਸਹੀ ਗੱਲ ਹੈ ਡਰਨਾ ਚਾਹੀਦਾ ਵੀ ਨਹੀਂ ਜੇਕਰ ਤੁਸੀਂ ਸੱਚਿਆਂ ਤੇ ਡਰਨਾ ਕਰਤੋਂ 2000 ਕਰੋੜ ਰੁਪਏ ਦੇ ਕਪੜੇ ਦਾ ਦੋਸ਼ ਲੱਗਾ ਪਰਿਵਾਰਿਕ ਮੈਂਬਰ ਦੇ ਜਾਂ ਫਿਰ ਰਿਸ਼ਤੇਦਾਰ ਸੀਗੇ ਉਹਨਾਂ ਦੇ ਲੋਕਰਾਂ ਦੇ ਵਿੱਚੋਂ 4 ਕਿਲੋ ਸੋਨਾ ਬਰਾਮਦ ਹੋਇਆ ਜਾਣਕਾਰੀ ਤਾਂ ਜੇ ਤੱਕ ਸਾਹਮਣੇ ਪੂਰੀ ਆਈ ਨਹੀਂ ਪਰ ਇੰਨਾ ਜ਼ਰੂਰ ਹੈ ਅੰਦਰ ਕਾਤੇ ਹੋਰ ਜਾਂਚ ਤੇਜ਼ ਕਰ ਦਿੱਤੀ ਗਈ ਇਸੇ ਕਰਕੇ ਕੀਤੀ ਗਈ ਜਿਹੜੇ ਘਪਲੇ ਪੰਜਾਬ ਦੇ ਵਿੱਚ ਹੋਇਆ ਉਹਨਾਂ ਦੀ ਜਾਂਚ ਕੀਤੀ ਜਾਵੇ। ਸੋ ਆ ਰਿਸ਼ਵਤ ਵਾਲਾ ਮਾਮਲਾ ਜਿਹੜਾ Google ਪਹਤੇ ਕਮਿਸ਼ਨ ਲਿਆ ਜਾ ਰਿਹਾ ਇਹ ਵੱਡੀ ਖਬਰ ਹੈ। ਦੇਖਦੇ ਹਾਂ ਕਿ ਇਸ ਸਾਹ ਦੇ ਨਾਲ ਕਾਰਵਾਈ ਕਰਦੇ ਆ ਤੇ ਨਾਲ ਦੀ ਨਾਲ ਜੇਕਰ ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ ਅਸੀਂ ਇੱਕ ਵਾਰ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਸਾਰੇ ਸਰਪੰਚ ਅਸੀਂ ਉਹਨਾਂ ਤੇ ਉਂਗਲੀਆਂ ਨਹੀਂ ਚੁੱਕਦੇ। ਉਹਨਾਂ ਦੇ ਵਿੱਚੋਂ ਕਈ ਸਰਪੰਚ ਇਸ ਤਰ੍ਹਾਂ ਦੇ ਜਿਹੜੇ ਇਮਾਨਦਾਰ ਨੇ ਪਰ ਬਹੁਤੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਕਦੀ ਨਾ ਕਦੀ ਕਿਤੇ ਨਾ ਕਿਤੇ ਜਿੱਦਾਂ ਇੱਟਾਂ ਦੇ ਥੱਲੇ ਰੇਤਾ ਦੱਬ ਦਿੰਦੇ ਆ ਜਾ ਮਿੱਟੀ ਦੱਬੀ ਹੁੰਦੀ ਐ ਉਸੇ ਤਰ੍ਹਾਂ ਪੈਸਾ ਵੀ ਕਿਸੇ ਨਾ ਕਿਸ ਨੇ ਦੱਬਿਆ ਹੋਣਾ ਅਸੀਂ ਬਹੁਤੀ ਦੂਰ ਨਹੀਂ ਜਾਂਦੇ ਅਸੀਂ ਕਹਿੰਨੇ 2000 ਤੋਂ ਲੈ ਕੇ ਸੰਨ 2000 ਤੋਂ ਲੈ ਕੇ ਹੁਣ ਤੱਕ ਇੱਕ ਵਾਰ ਤੁਸੀਂ ਆਡਿਟ ਕਰਵਾ ਕੇ ਦੇਖ ਲਓ ਪਤਾ ਲੱਗ ਜਣ ਕਿ ਕਿਹੜੀਆਂ-ਕਿਹੜੀਆਂ ਥਾਵਾਂ ਤੇ ਘਪਲੇ ਹੋਏ ਆ ਵੱਡੀ ਗੱਲ ਇਹ ਐ ਸਰਕਾਰ ਦੇ ਵਿੱਚ ਹੀ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਅੰਦਰ ਖਾਤੇ ਉਹ ਕਹਿੰਦੇ ਪਏ ਕਿ 6-7 ਬੀਡੀਪੀਓ ਇਸ ਤਰ੍ਹਾਂ ਦੇ ਐ ਜਿਹੜੇ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਗਏ ਆਪਣੇ ਵਕਫ ਵਕਫ ਹਲਕਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਕਿਉਂ ਨਹੀਂ ਆਪਣੇ ਸਰਕਲ ਦੇ ਵਿੱਚ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ਸਰਕਾਰ ਤੁਹਾਡੇ ਤੋਂ ਜਾਣਕਾਰੀ ਮੰਗਦੀ ਹੈ ਤੇ ਤੁਸੀਂ ਅੱਗੇ ਕਹੋ ਅਜੇ ਜਾਣਕਾਰੀ ਨਹੀਂ ਦੇਣੀ ਕੀ ਗੱਲ ਪਈ ਇੱਥੇ ਤਾਂ ਹੁਣ ਸਾਰਾ ਕੁਝ ਤੁਸੀਂ ਸਰਕਾਰ ਨੂੰ ਚਲਾਉਂਦੇ ਹੋ ਕਿ ਸਰਕਾਰ ਤੁਹਾਨੂੰ ਚਲਾਉਂਦੀ ਆ ਕਿਉਂ ਨਹੀਂ ਜਾਣਕਾਰੀ ਦਿੱਤੀ ਜਾ ਰਹੀ ਠੰਡੇ ਵਸਤੇ ਮਾਮਲਾ ਕਿਉਂ ਪਿਆ ਇਹ ਵੀ ਸਾਹਮਣੇ ਆਉਣਾ ਚਾਹੀਦਾ ਹੈ ਵੀਡੀਓ ਪੋਸਟ ਸਾਹਿਬ ਨੂੰ ਜੇਕਰ ਹਿਸਾਬ ਤਾਂ ਪੁੱਛਿਆ ਲੱਖਾਂ ਰੁਪਏ ਦੀ ਰਕਮ ਨਹੀਂ ਕਰੋੜਾਂ ਰੁਪਏ ਦੀ ਰਕਮ ਹੈ 7 ਥਾਮਾਂ ਤੋਂ ਆ 8.5 9 10 ਕਰੋੜ ਤੱਕ ਘਪਲਾ ਇਹ ਵੀ ਹੋ ਸਕਦਾ ਹੈ ਕਿਉਂਕਿ ਜਿਹੜੇ ਪੈਸੇ ਆਏ ਸੀ ਕਿਹਾ ਗਿਆ ਸੀ ਉਹ ਵਰਤਣੇ ਨਹੀਂ ਪਰ ਵਰਤੇ ਗਏ ਆ বিনা ਹੁਕਮ ਤੋਂ ਕਿੱਦਾਂ ਵਰਤਲੇ ਇਹ ਦੱਸਣਾ ਪੈਣਾ ਪੰਜਾਬ ਦੇ ਵਿੱਚ ਪਤਾ ਨਹੀਂ ਇਸ ਤਰ੍ਹਾਂ ਦੀਆਂ ਕਿੰਨੀਆਂ ਕਿ ਪੰਚਾਇਤਾਂ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਅੱਧਿਆਂ ਨੂੰ ਪਤਾ ਹੀ ਨਹੀਂ ਪੰਚਾਇਤ ਮੈਂਬਰਾਂ ਨੂੰ ਕੀ ਹੋ ਰਿਹਾ ਅੱਧੇ ਤੋਂ ਵੱਧ ਘਿਰੇ ਹੋ ਸਕਦੇ ਨੇ ਅੱਧੇ ਤੋਂ ਵੱਧ ਉਹ ਸਰਪੰਚ ਤੇ ਪੰਚ ਨੇ ਜਿਨ੍ਹਾਂ ਤੇ ਸਿੱਧੇ ਤੌਰ ਤੇ ਦੋਸ਼ ਲੱਗਦੇ ਆ ਸਾਡੇ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਵੀ ਲੋਕ ਕਮੈਂਟ ਕਰਕੇ ਵੀ ਦੱਸ ਦਿੰਦੇ ਹੁੰਦੇ ਆ ਪਿੰਡ ਦੇ ਵਿੱਚ ਸਾਡੇ ਪਿੰਡ ਚ ਇੰਨੇ ਦਾ ਕਪੜਾ ਹੋਇਆ ਜੀ ਇੱਥੇ ਇੰਨੇ ਨੇ ਕਾਰਵਾਈ ਨਹੀਂ ਕੀਤੀ ਅਸੀਂ ਨਹੀਂ ਕਹਿੰਨੇ ਕਮੈਂਟ ਕਰੋ ਚਾਹੇ ਨਾ ਕਰੋ ਪਰ ਇਹਨਾਂ ਜ਼ਰੂਰ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪਤਾ ਕੀ ਹੋ ਰਿਹਾ ਸਭ ਨੂੰ ਪਤਾ ਹੈ ਅੱਜ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਹਲਕਾ ਜਗਰਾਉਂ ਦੇ ਪਿੰਡ 'ਚ ਇੱਕ ਸਰਪੰਚ ਦੇ ਖਿਲਾਫ ਕਾਰਵਾਈ ਕੀਤੀ ਹੈ ਉਹ ਕਹਿੰਦੇ ਪਏ ਐ ਕਿ ਉਸ ਸਰਪੰਚ ਨੇ 12 ਲੱਖ 48 ਹਜ਼ਾਰ ਤੇ 934 ਰੁਪਏ ਦਾ ਘਪਲਾ ਕੀਤਾ ਦੋਸ਼ ਲੱਗੇ ਸੀਗੇ ਮੋਤਲ ਕਰ ਦਿੱਤਾ ਗਿਆ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਬੁਲਾ ਲਿਆ ਗਿਆ ਜਾਂਚ ਤੇ ਲਈ ਦੇਖਦੇ ਆਉਣ ਵਾਲੇ ਦਿਨਾਂ 'ਚ ਕੀ ਬਣਦਾ ਪਰ ਫਿਰ ਅਸੀਂ ਇੱਥੇ ਉਹੀ ਗੱਲ ਕਰਦੇ ਆ ਕਿ ਸ਼ਾਮਲਾਰ ਜ਼ਮੀਨਾਂ ਦੇ ਨਾਤੇ ਬੋਲੀ ਲੱਗੀ ਸੀਗੀ ਉਹ ਤੋਂ ਪ੍ਰਾਪਤ ਹੋਈ ਆਮਦਨ ਨੂੰ ਬਹੁਤੇ ਸਰਪੰਚਾਂ ਨੇ ਕਹਿੰਦੇ ਆ ਖਾਤੇ ਵਿੱਚ ਪੰਚਾਇਤ ਦੇ ਜਮਾ ਨਹੀਂ ਕਰਾਇਆ ਜੇ ਨਹੀਂ ਕਰਾਇਆ ਤੇ ਪੈਸੇ ਗਏ ਕਿੱਥੇ ਆ ਕਈ ਲੋਕ ਕਹਿੰਦੇ ਜੀ ਆ ਸਰਪੰਚ ਤਾਂ ਵਧੀਆ ਸੀਗਾ ਘਰ ਤਾਂ ਛੋਟਾ ਜਿਹਾ ਹੁੰਦਾ ਸੀਗਾ ਹੁਣ ਕੋਠੀ ਪੈ ਗਈ ਆ ਹੁਣ ਕਿਦਾਂ ਕੋਠੀਆਂ ਪੈ ਜਾਂਦੀਆਂ ਲੋਕ ਅੰਦਰ ਖਾਤੇ ਗੱਲਾਂ ਕਰਦੇ ਐਵੇਂ ਨਹੀਂ ਹੁੰਦੀਆਂ ਇਹਦੇ ਪਿੱਛੇ ਕੁਛ ਨਾ ਕੁਛ ਗੜਬੜੀ ਹੁੰਦੀ ਐ ਦਾਲ ਨਹੀਂ ਕਾਲੀ ਪੂਰੀ ਦਾਲ ਕਾਲੀ ਐ ਦਾਲ ਦੇ ਵਿੱਚ ਕੁਛ ਕਾਲਾ ਨਹੀਂ ਸੱਚ ਚਲੋ ਦੇਖਦੇ ਆ ਕਿਸਾਬ ਦੇ ਨਾਲ ਗੱਲ ਬਣਦੀ ਹੈ ਪਰ ਇੰਨਾ ਜ਼ਰੂਰ ਹੈ 13 ਵਾਰ ਸੁਣਵਾਈ ਲਈ ਬਣਾਇਆ ਗਿਆ ਬੰਦੇ ਨੂੰ 13 ਵਾਰ ਉੱਥੇ ਪਹੁੰਚਿਆ ਨਹੀਂ ਤੇ ਹੁਣ ਕਪੜਾ ਜਿਸ ਹਿਸਾਬ ਦੇ ਨਾਲ ਇਹ ਵੱਡਾ ਕਪੜਾ ਇਹਦੇ ਖਿਲਾਫੀ ਕਾਰਵਾਈ ਹੋਣੀ ਚਾਹੀਦੀ ਹੈ ਚਾਹੀਦਾ ਤੇ ਇਹੀ ਹੈ ਸਨ 2000 ਤੋਂ ਬਾਅਦ ਤੁਸੀਂ ਦੇਖੋ ਪੰਜਾਬ ਦੇ ਕਿਹੜੇ ਕਿਹੜੇ ਪਿੰਡਾਂ ਨੂੰ ਕਿੰਨੀ ਕਿੰਨੀ ਪੰਚਾਇਤਾਂ ਨੂੰ ਗ੍ਰਾਂਟ ਗਈ ਹੈ ਦੇਖੋ ਉੱਥੇ ਵਿਕਾਸ ਹੋਇਆ ਦੇਖੋ ਮਿਲਾ ਕੇ ਸਾਰਾ ਹਸਾਬ ਤਵ ਬਹੁਤ سارے ਅਫਸਰ ਹੈਗੇ ਆ ਅੱਧੇ ਤੋਂ ਵੱਧ ਕੇਸਲ ਮਾਰ ਕੇ ਬੈਠਿਆ ਕਰ ਲੋ ਤਿਆਰੀ ਕੋਈ ਨਹੀਂ ਕਰ ਲੋ ਦੇਖ ਲੋ ਇੱਕ ਵਾਰੀ ਉੱਥੇ ਜਾ ਕੇ ਰਿਪੋਰਟ ਤਿਆਰ ਕਰਨੀ ਫਿਰ ਕੀ ਹੈ ਗੇੜਾ ਵੱਜ ਗਿਆ ਹੁਣ ਤਾਂ ਗਰਮੀ ਵੀ ਲੰਘ ਗਈ ਜਿਹੜਾ ਕੋਹ ਪਸੀਨੇ ਬਹੁਤ ਆਉਂਦੇ ਐ ਏਸੀਆਂ ਦੇ ਵਿੱਚ ਬਥੇਰੇ ਕੰਮ ਹੋ ਗਏ ਲੋਕ ਇਹ ਵੀ ਗੱਲਾਂ ਕਰਦੇ ਪਏ ਐ ਪਰ ਦੇਖਦੇ ਆਉਣ ਵਾਲੇ ਦਿਨਾਂ ਦੇ ਦੌਰਾਨ ਕਾਰਵਾਈ ਹੋਵੇਗੀ ਜਾਂ ਫਿਰ ਨਹੀਂ ਜਦੋਂ ਅਸੀਂ ਕੱਪੜੇ ਦੀ ਗੱਲ ਕਰਦੇ ਪਏ ਐ ਤੇ ਪੰਜਾਬ ਦੇ ਵਿੱਚ ਇੱਕ ਹੋਰ ਕੱਪੜੇ ਦਾ ਜ਼ਿਕਰ ਨਾਲ ਹੀ ਕਰ ਲੈਣੇ ਆ ਕਿਉਂਕਿ ਬਜੀਫੇ ਦੇ ਨਾਂ ਤੇ ਪਹਿਲਾਂ ਇੱਕ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸ਼ੋਦਾ ਦਾ ਨਾਮ ਆਇਆ ਕੋਈ ਕਹਿੰਦਾ 60 ਕਰੋੜ ਰੁਪਈਆ ਫਿਰ ਕਹਿੰਦੇ 68 ਕਰੋੜ ਰੁਪਈਆ ਪਰ ਰਕਮ ਜਾਂਦੀ ਜਾਂਦੀ 360 ਕਰੋੜ ਰੁਪਏ ਤੱਕ ਦਿਖਾਈ ਦੇ ਰਹੀ ਸੀ ਕੋਈ ਕਹਿੰਦਾ 400 ਕਰੋੜ ਰੁਪਏ ਤੋਂ ਉੱਪਰ ਦਾ ਕਪੜਾ ਹੈ ਕਿੰਨਾ ਕਪੜਾ ਜਾਂਚ ਅਜੇ ਵੀ ਉਹਦੀ ਚਲਦੀ ਪਈ ਹੈ ਧਰਮਸ਼ੋਤ ਤੁਰਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਸੀ ਕਿ ਸਾਨੂੰ ਸਿਆਸਤ ਦਾ ਸ਼ਿਕਾਰ ਬਣਾਇਆ ਜਾ ਰਿਹਾ ਸਿਆਸੀ ਕੀੜਾ ਕੱਢੀਆਂ ਜਾ ਰਹੀਆਂ ਨੇ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਇਮਾਨਦਾਰੀ ਦੇ ਨਾਲ ਜ਼ਮੀਨ ਬਣਾਈ ਹੈ ਇਮਾਨਦਾਰੀ ਦੇ ਨਾਲ ਪੈਸੇ ਕਮਾਏ ਹੈ ਚਲੋ ਸਾਰੇ ਸਿਆਸਤਦਾਨ ਉਹਨਾਂ ਦੇ ਪਰਿਵਾਰ ਇਹ ਗੱਲ ਕਹਿੰਦੇ ਨੇ ਕਹਿ ਵੀ ਸਕਦੇ ਨੇ ਕਿਉਂਕਿ ਉਹਨਾਂ ਨੇ ਮਿਹਨਤ ਤਾਂ ਕੀਤੀ ਹੁੰਦੀ ਹੈ ਤੇ ਜੇਕਰ ਇਹ ਦੋਸ਼ ਲੱਗਦੇ ਐ ਕਿ ਉਹਨੇ ਪੈਸਾ ਬਣਾਇਆ ਉਹ ਵੀ ਕਿਹੜਾ ਐਵੇਂ ਬਣ ਜਾਂਦਾ ਮਿਹਨਤ ਨਾਲ ਬਣਦਾ ਨਹੀਂ ਤਾਂ ਪੁੱਛ ਲੋ ਪੰਜਾਬ ਦੇ ਵਿੱਚ ਟ੍ਰੀਗਾਰਡ ਦੇ ਨਾਂ ਤੇ ਸਿਆਸਤਦਾਨ ਉਹੀ ਖਾ ਗਏ ਸੀਗੇ 7.5 ਕਰੋੜ ਰੁਪਏ ਦਾ ਕਪੜਾ ਸੀ ਉੜਮੜ ਹਲਕੇ ਦੇ ਵਿੱਚ ਕਿੰਨਾ ਮਸ਼ਹੂਰ ਹੈ ਪੰਜਾਬ ਦੇ ਵਿੱਚ ਕਈ ਇਸ ਤਰ੍ਹਾਂ ਦੇ ਕਪੜੇ ਆ ਜਿੱਚ ਸਿਆਸਤਦਾਨਾਂ ਦਾ ਨਾਮ ਆ ਰਿਹਾ ਹੈ ਕਮਾਲ ਦੀ ਗੱਲ ਇਹ ਹੈ ਮੌਜੂਦਾ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਚਾਰਕ ਹਲਕਿਆਂ ਦੇ ਵਿੱਚ ਹਲਕੇ ਪ੍ਰਧਾਨੇ ਉਹਨਾਂ ਦਾ ਵੀ ਨਾਮ ਆ ਰਿਹਾ ਹੈ ਵੱਡੀ ਗੱਲ ਇਹ ਹੈ ਤਿੰਨ ਕ ਵਿਧਾਇਕਾਂ ਦਾ ਨਾਮ ਵੀ ਆ ਰਿਹਾ ਹੈ ਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਪਰ ਜਦੋਂ ਅਸੀਂ ਘਪਲੇ ਦੀ ਗੱਲ ਕਰਦੇ ਆ ਤਾਂ ਨਰਸਿੰਗ ਸੂਬੇ ਦੇ ਵਿੱਚ ਨਰਸਿੰਗ ਕਾਲਜਾਂ ਵਿੱਚ ਦਾਖਲੇ ਨੂੰ ਲੈ ਕੇ ਘਪਲਾ ਸਾਹਮਣੇ ਆਇਆ ਕਿਹਾ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਨੇ ਨਰਸਿੰਗ ਕਾਲਜਾਂ ਵਿੱਚ ਜਿਹੜੇ ਦਾਖਲੇ ਹੋਏ ਦੀ ਜਾਂਚ ਕੀਤੀ ਹੈ ਉਹ ਚ ਪਾਇਆ ਗਿਆ ਕਿ ਵੱਡੀ ਗਿਣਤੀ ਵਿੱਚ ਕਾਲਜਾਂ ਨੇ ਫਰਜ਼ੀ ਦਾਖਲੇ ਕਰਵਾਏ ਐ ਤੇ ਫਰਜ਼ੀ ਬੱਚਿਆਂ ਦੇ ਖਾਤੇ ਖਲਵਾਏ ਹੋਏ ਨੇ ਇਹਦੇ ਵਿੱਚ ਪੈਸਾ ਆਉਂਦਾ ਪਿਆ ਤੇ ਪੈਸਾ ਕਿਹੜਾ ਆਉਂਦਾ ਵਜੀਫੇ ਦਾ ਘਟਾਲੇ ਨੂੰ ਪੰਜ ਤੋਂ 6 ਦਲਾਲ ਨੇ ਜਿਹੜਾ ਇਹ ਕੰਮ ਕਰਦੇ ਪਏ ਦੱਸਿਆ ਜਾ ਰਿਹਾ ਕਿ ਪੰਜ ਤੋਂ 6 ਬੰਦੇ ਨੇ ਜਿਹੜਾ ਵੀ ਦਲਾਲੀ ਦਾ ਕੰਮ ਕਰਦੇ ਐ ਨਰਸਿੰਗ ਕਾਲਜਾਂ ਵਿੱਚ داخل ਤੁਹਾਨੂੰ ਕਰੋਨਾ ਦਸਤਾਵੇਜ਼ ਉਤੇ ਆਪਣੇ ਕੋਲੇ ਲਗਾਉਂਦੇ ਆ ਪਰ ਉਹ ਬੱਚੇ ਵੀ ਨਹੀਂ ਉੱਥੇ ਹੁੰਦੇ ਪਏ ਤੇ ਪੈਸੇ ਵੀ ਉਹਨਾਂ ਦੇ ਨਾਮ ਤੇ ਖਾਏ ਜਾ ਰਹੇ ਨੇ ਹੁਣ ਫਰਜੀ ਵਿਦਿਆਰਥੀਆਂ ਦੇ ਨਾਮਾਂ ਤੇ ਫਰਜੀ ਬੈਂਕ ਖਾਤੇ ਵੀ ਖੋਲੇ ਗਏ 2015 14 15 15 16 ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਚ ਕਈ ਕੋਰਸਾਂ ਚ ਫਰਜ਼ੀ ਦਾਖਲੇ ਦਿਖਾਈ ਗਏ ਆ ਕਰੀਬ 2000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਖਾਤੇ ਖੋਲ ਕੇ ਗੜਬੜੀ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਅੰਦਾਜ਼ਾ ਲਗਾਓ 2000 ਖਾਤੇ ਖੋਲੇ ਗਏ ਆ ਉ ਤਾਂ ਕਹਿੰਦੇ ਸਾਡਾ ਸਿਸਟਮ ਬਹੁਤ ਮਜ਼ਬੂਤ ਆ ਗੋਠਾ ਲਾਉਣਾ ਸਾਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ ਆਧਾਰ ਕਾਰਡ ਵੀ ਅਟੈਚ ਆ ਪੈਨ ਕਾਰਡ ਵੀ ਅਟੈਚ ਆ ਪਰ ਫਿਰ ਵੀ ਸਾਰਾ ਕੁਝ ਹੁੰਦੇ باوجود ਇਹ ਜਿਗਾਰ ਲਗਾ ਕੇ ਦਤਾ ਜਾਂਦੇ ਚੈੱਕ ਜਣਾਂ ਦੀ ਮਿਲੀ ਭੁਗਤ ਨਹੀਂ ਗਈ ਇੱਥੇ ਸਿਰਫ ਅਸੀਂ ਕਹਿ ਦਈਏ ਕਿ ਉਹਨਾਂ ਕਾਲਜਾਂ ਵਿੱਚ ਨਰਸਿੰਗ ਕਾਲਜਾਂ ਵਿੱਚ ਜਿੱਥੇ ਕਪੜਾ ਹੋਇਆ ਉਹਨਾਂ ਦੀ ਕੱਲੀ ਇਹਦੇ ਵਿੱਚ ਉਹ ਸ਼ਾਮਲ ਨੇ ਨਹੀਂ ਸ਼ਮੂਲੀਅਤ ਕੱਲਿਆਂ ਦੀ ਨਹੀਂ ਇਹਨਾਂ ਵਿੱਚ ਕੋਈ ਹੋਰ ਵੀ ਗੈਂਗ ਹੈ ਜਿਹੜੀ ਕੰਮ ਕਰਦੀ ਹੈ ਇਹ ਚਾਰ ਪੰਜ ਤਾਂ ਦਲਾਲ ਨੇ ਬੈਂਕਾਂ ਦੇ ਵਿੱਚ ਜਦੋਂ ਖਾਤੇ ਖੋਲਦੇ ਆ ਉੱਥੇ ਵੀ ਤਾਂ ਕਈ ਲੋਕ ਨਾਲ ਸ਼ਾਮਲ ਹੋਣਗੇ ਹੁਣ ਮਿਲੀ ਭੁਗਤ ਹੈ ਪੰਜਾਬ ਦੇ ਵਕਫਾਕ ਏ ਐਨ ਐਮ ਤੇ ਜੀ ਐਨ ਕਾਲਜਾਂ ਦੇ ਵਿੱਚ ਦਾਖਲੇ ਦੀ ਗੱਲ ਸਾਹਮਣੇ ਆਈ ਹੈ ਦੇਖਦੇ ਆ ਐਸਸੀ ਤੇ ਐਸਟੀ ਵਿਦਿਆਰਥੀਆਂ ਵਿੱਚ ਜਿਹੜੇ 250 ਦੀ ਜਾਂਚ ਕੀਤੀ ਜਾ ਚੁੱਕੀ ਹੈ ਕਰੋੜਾ ਰੁਪਏ ਦਾ ਘਪਲਾ ਵੀ ਮੰਨੇ ਚਾਹ ਰਹੇ ਕਰੋੜਾ ਰੁਪਿਆ ਤੁਸੀਂ ਮੰਨ ਕੇ ਚੱਲੋ ਕਿ ਇਹ ਵੀ ਆਉਣ ਵਾਲੇ ਦਿਨਾਂ 'ਚ ਕਰੋੜਾਂ ਦੀ ਰਾਸ਼ੀ ਬਣਣੀ ਹੈ ਕੀ ਇਹ ਸਾਰੇ ਪੈਸੇ ਵਾਪਸ ਆਉਣਗੇ ਸਵਾਲ ਤੇ ਹੈ ਨਾ ਜੇਕਰ ਇੱਕ ਸਿਆਸਤਦਾਨ ਤੇ ਦੋਸ਼ ਲੱਗਦਾ ਕਿ ਇਹਨੇ 2000 ਦਾ ਘਪਲਾ ਕਰ ਦਿੱਤਾ 2000 ਕਰੋੜ ਦਾ ਜੇਕਰ ਕਿਸੇ ਸਿਆਸਤਦਾਨ ਤੇ ਇਹ ਦੋਸ਼ ਲੱਗਦਾ ਕਿ ਇਹ 3 ਕਰੋੜ ਰੁਪਏ ਲੈ ਕੇ ਭੱਜ ਗਿਆ 6 ਕਰੋੜ ਦਾ ਫਲਾਨੀ ਥਾਂ ਤੋਂ ਖਾ ਗਏ ਕਦੀ ਰਿਕਵਰੀ ਦੀ ਗੱਲ ਕਿਉਂ ਨਹੀਂ ਹੁੰਦੀ రికవరీ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਰਿਸ਼ਵਤ ਦੀ ਗੱਲ ਕਰਦੇ ਹਾਂ ਕਿ ਉਹਨੇ ਰਿਸ਼ਵਤ ਦਿੱਤੀ ਆ ਉਹਨੇ ਲਈ ਆ ਰਿਸ਼ਵਤ ਰਿਸ਼ਵਤ ਦੇਣ ਵਾਲੇ ਦੇ ਖਿਲਾਫ ਵੀ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਅਗਲਾ ਕਾਲਾ ਤੋਸਲੀ ਉਹ ਵੀ ਪਿਆ ਹੁੰਦਾ ਕਿ ਭਾਈ ਮੇਰਾ ਕੰਮ ਕਰਾ ਦਿਓ ਅਗਲੇ ਕਿਹੜੇ ਕਹਿੰਦੇ ਸਾਡੇ ਕੋ ਆਓ ਕੋਈ ਅੱਗੋਂ ਕਹਿੰਦਾ ਲੋ ਜੀ ਪੈਸੇ ਤਾਂ ਹੀ ਹੁੰਦਾ ਜਦੋਂ ਦੇਖਿਆ ਆਪਣਾ ਕੰਮ ਨਹੀਂ ਬਣਦਾ ਕਹਿੰਦੇ ਉਦੋਂ ਫਸਾਉਂਦੇ ਆ ਜੇ ਇਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੋਣਾ ਚਾਹੀਦਾ ਪਰ ਲੱਭਣ ਦੀ ਲੋੜ ਹੈ ਕਿਹੜੇ ਇਹ ਸਾਰੇ ਬੰਦੇ ਨੇ ਜੋ ਇਸ ਵੇਲੇ ਇਹ ਸਾਰਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨੂੰ ਸਮਝਦੇ ਨਹੀਂ ਸਿੱਖਿਆ ਦੇ ਨਾਂ ਤੇ ਵਪਾਰੀਕਰਨ ਸ਼ੁਰੂ ਹੋਇਆ ਪਿਆ ਥੋੜੀ ਜੀ ਗੱਲ ਇੱਥੇ ਸਿੱਖਿਆ ਜੇਕਰ ਕੀਤੀ ਹੈ ਤਾਂ ਭਾਰਤ ਦੇ ਵਿੱਚ ਲਗਾਤਾਰ ਵਿਦਿਆਰਥੀਆਂ ਨੂੰ ਕੋਚਿੰਗ ਵੱਲ ਭੇਜਿਆ ਜਾ ਰਿਹਾ ਹੈ ਇਸ ਵੇਲੇ ਕੋਰਸ ਕਿੰਨੇ ਮਹਿੰਗੇ ਆ ਬਹੁਤ ਮਹਿੰਗੇ ਕੋਰਸ ਹੋ ਚੁੱਕੇ ਨੇ ਲੱਖਾਂ ਨਹੀਂ ਕਰੋੜਾਂ ਰੁਪਏ ਦਾ ਅਰਬਾਂ ਰੁਪਏ ਦਾ ਕਾਰੋਬਾਰ ਇੱਧਰ ਹੋ ਚੁੱਕਿਆ ਹੈ ਮਹਿੰਗੀਆਂ ਫੀਸਾਂ ਨੇ ਬੱਚੇ ਦਾਖਲੇ ਲੈਂਦੇ ਆ ਉਹਨਾਂ ਦੇ ਕੋਲੋਂ ਕਈਆਂ ਕੋ ਟੈਸਟ ਨਹੀਂ ਕਲੀਅਰ ਹੁੰਦੇ ਜਦੋਂ ਇੱਕ ਪਾਸੇ ਉੱਚ ਅਫਸਰ ਆਈਐਸ IPS PCS ਲਗਾ ਲੀਏ ਇਹ ਜੋ ਟੈਸਟ ਕਲੀਅਰ ਕਰਦੇ ਆ ਬੱਚੇ ਤਾਂ ਤੁਸੀਂ ਦੇਖੋ ਲੱਖਾਂ ਦੇ ਬੱਚਿਆਂ ਤੋਂ ਦੇ ਵਿੱਚ ਪਹੁੰਚ ਜਾਂਦਾ ਤੇ ਲੱਖ ਦੇ ਵਿੱਚੋਂ 600 700 ਬੱਚੇ ਸਾਰੇ ਚੁਣੇ ਜਾਣੇ ਆ ਹੁਣ ਉਹਨਾਂ ਵਿੱਚ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਤਿੰਨ ਤਿੰਨ ਚਾਰ ਚਾਰ ਵਾਰੀ ਕੋਸ਼ਿਸ਼ ਕਰਦੇ ਆ ਕਈ ਪੰਜ 6 7 ਵਾਰ ਹੋ ਜਾਂਦੇ ਆ ਕਈ 8 ਵਾਰ ਵੀ ਹੋ ਜਾਂਦੇ ਆ ਕਈ ਇਸ ਤਰ੍ਹਾਂ ਦੇ ਹੁੰਦੇ ਪਹਿਲੀ ਵਾਰ ਚ ਕਲੀਅਰ ਕਰ ਜਾਂਦੇ ਆ ਕਈ ਹਾਰ ਜਾਂਦੇ ਆ ਕਈ ਗਲਤ ਰਾਹ ਤੇ ਪੈ ਜਾਂਦੇ ਆ ਕਈ ਖੁਦਕੁਸ਼ੀ ਵਾਲੇ ਦੁਰਪੰਦੇ ਆ ਭਾਰਤ ਦੇ ਵਿੱਚ ਆਨਲਾਈਨ ਕੋਚਿੰਗ ਤੇ ਕੋਚਿੰਗ ਕਲਾਸਾਂ ਲੈਣ ਦਾ ਜੋ ਰੁਝਾਨ ਜਿਹਾ ਵਧਦਾ ਜਾ ਰਿਹਾ ਇਹ ਵੀ ਇੱਕ ਮੁਕ ਕਾਰਨ ਹੈ ਵਿਦਿਆਰਥੀ ਕੋਟੇਰੇ ਦੇ ਵਿੱਚ ਪਿਛਲੇ ਦਿਨੀ ਕੀ ਹੋਇਆ ਚਾਰ ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ ਇੱਕ ਵਿਦਿਆਰਥੀ ਦੇ ਬਾਪ ਨੇ ਵੀ ਆਤਮ ਹੱਤਿਆ ਕਰ ਲਈ ਦਬਾਅ ਦੇ ਵਿੱਚ ਆ ਕੇ ਹੁਣ ਇਹ ਘਟਨਾਵਾਂ ਉਦੋਂ ਵਦਿਆ ਸਰਕਾਰ ਨੇ ਉਦੋਂ ਵੀ ਕਿਐਸੀ ਧਿਆਨ ਦਿੱਤਾ ਜਾਵੇ ਕਿਉਂਕਿ ਵਪਾਰੀਕਰਨ ਹੋ ਰਿਹਾ ਸਿੱਖਿਆ ਦੇ ਨਾਂ ਤੇ ਇਹਨੂੰ ਰੋਕਣ ਦੀ ਜ਼ਰੂਰਤ ਹੈ ਅੱਗੇ ਵੱਧਦੇ ਗੱਲ ਕਰਨੀਆਂ ਭਾਜਪਾ ਦੀ ਕਿਉਂਕਿ ਇਸ ਵੇਲੇ ਭਾਜਪਾ ਜਿਸ ਤਰੀਕੇ ਨਾਲ ਤਿਆਰੀ ਕਰ ਰਹੀ ਹੈ ਪੰਜਾਬ ਦੇ ਵਿੱਚ ਇਹ ਆਉਂਦੇ ਦਿਨਾਂ ਨੂੰ ਹੋਰ ਮੁਹਿਮ ਨੂੰ ਇਹਨਾਂ ਨੇ ਹੁੰਗਾਰਾ ਦੇਣਾ ਹੈ ਦਰਅਸਲ ਪਿਛਲੇ ਦਿਨੀ ਮੇਰੀ ਮਿੱਟੀ ਮੇਰਾ ਦੇਸ਼ ਮੁਹਿਮ ਸ਼ੁਰੂ ਕੀਤੀ ਗਈ ਹੈ ਹੁਣ ਇਹਦੇ ਚੁਣਾ ਕੀ ਹੈ ਪੰਜਾਬ ਦੇ ਵਿੱਚ ਭਾਜਪਾ ਦੇ ਵੱਖ-ਵੱਖ ਸਿਆਸਤਦਾਨ ਜਾਣਗੇ ਵੱਖ-ਵੱਖ ਥਾਵਾਂ ਤੇ ਸ਼ਹੀਦਾਂ ਦੀਆਂ ਘਰਾਂ ਦੇ ਵਿੱਚ ਜਾਣਗੇ ਉੱਥੇ ਥਾਵਾਂ ਤੇ ਜਾਣਗੇ ਯਾਦਗਾਰ ਤੇ ਜਾਣਗੇ ਉੱਥੇ ਜਾ ਕੇ ਮਿੱਟੀ ਭਰ ਕੇ ਕਲਚ ਦਾ ਲੈ ਕੇ ਆਉਣਗੇ ਹੁਣ ਇਹਦਾ ਮਤਲਬ ਕੀ ਹੈ ਵੱਖ-ਵੱਖ ਥਾਵਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਦੋਂ ਇਸ ਮਹਿੰਮ ਦਾ ਐਲਾਨ ਕੀਤਾ ਸੀ ਸ਼ੁਰੂਆਤ ਕੀਤੀ ਸੀ ਉਦੋਂ ਹੀ ਬਹੁਤ ਸਾਰੇ ਲੋਕਾਂ ਨੇ ਵੀ ਮਿੱਟੀ ਭੇਜੀ ਚਲੋ ਚੰਗੀ ਗੱਲ ਹੈ ਹੁਣ ਇਹਦਾ ਮਤਲਬ ਹੈ ਕਿ ਸੁਪਾ ਜਨਰਲ ਸਕੱਤਰ ਕਹਿ ਰਿਹਾ ਕਿ ਅਸੀਂ ਲੋਕਾਂ ਦੇ ਘਰ-ਘਰ ਤੱਕ ਪਹੁੰਚ ਕਰਨੀ ਹੈ ਭਾਜਪਾ ਦੀਆਂ ਨੀਤੀਆਂ ਨੂੰ ਸਮਝਾਉਣ ਦਾ ਬਹਾਨੇ ਦੇ ਨਾਲ ਉੱਥੇ ਤੱਕ ਲੈ ਕੇ ਜਾਣਾ ਕਿਉਂਕਿ ਭਾਜਪਾ ਇਸ ਵੇਲੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਪੈਰ ਮਜ਼ਬੂਤ ਕਰਨਾ ਚਾਹੁੰਦੀ ਹੈ ਜਾਖੜ ਸਾਹਿਬ ਦੇ ਪਿਛਲੇ ਦਿਨਾਂ ਦੇ ਬਿਆਨਾਂ ਨੂੰ ਤੁਸੀਂ ਦੇਖੋ ਜਦੋਂ ਜਾਖੜ ਸਾਹਿਬ ਨੂੰ ਗੱਟ ਜੋੜ ਦੀ ਕੋਈ ਗੱਲ ਪੁੱਛਦਾ ਪਿਆ ਉਹ ਵੀ ਕਹਿੰਦੇ ਉੱਪਰਲੇ ਪਾਸੇ ਕੋਈ ਕਿਸੇ ਨਾਲ ਗੱਲ ਹੋਈ ਨਹੀਂ ਹੁਣ ਇਹਦਾ ਮਤਲਬ ਹੈ ਕੀ ਗੱਟੀਵਰਦੀ ਕੋਈ ਸੰਭਾਵਨਾ ਭਾਵੇਂ ਨਾ ਹੋਵੇ ਪਰ ਅੰਦਰ ਖਾਤੇ ਅਜੇ ਤੱਕ ਗੱਲਾਂ ਚੱਲਦੀਆਂ ਕਿ ਹੋ ਸਕਦੇ ਨੇ ਸਿੱਧੇ ਰੂਪ ਚ ਕੋਈ ਬੋਲਣ ਨੂੰ ਤਿਆਰ ਨਹੀਂ ਪਰ ਵੱਖ-ਵੱਖ ਮੁਹਿੰਮ ਦੇ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਦਿੱਲੀ ਵਿੱਚ ਵੰਣ ਵਾਲੀ ਅੰਮ੍ਰਿਤ ਵਾਟਕਾ ਲਈ ਘਰ-ਘਰ ਜਾ ਕੇ ਕਲਚ ਦੀ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਇਹ ਪਿਛਲੇ ਦਿਨੀ ਪੰਜਾਬ ਭਾਜਪਾ ਦੇ ਵਰਕਰ ਜੋ ਇੱਥੇ ਪੰਜਾਬ ਦੇ ਵਿੱਚ ਵੀ ਹੈ ਦਿੱਲੀ ਦੇ ਵਿੱਚ ਵੀ ਕੰਮ ਕਰ ਰਹੇ ਉਹਨਾਂ ਨੇ ਇਹ ਗੱਲ ਕਹੀ ਸੀ ਕਿਉਂਕਿ ਅੰਮ੍ਰਿਤ ਵਾਟਕਾ ਦੇ ਨਿਰਮਾਣ ਕਾਰਜ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਸਮੇਤ ਹਰ ਪਿੰਡ ਵਾਰਡ ਮੰਡਲ ਸ਼ਕਤੀ ਕੇਂਦਰ ਬੂਥ ਤੇ ਵਕਤਕ ਸਮਾਜ ਸੇਵੀ ਸੰਸਥਾਵਾਂ ਦੇ ਘਰ-ਘਰ ਜਾ ਕੇ ਇਹ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ ਇੱਕ ਤੈ ਹੋ ਗਿਆ ਦੂਸਰੇ ਪਾਸੇ ਦੇਖੋ ਭਾਜਪਾ ਨੇ ਆਪਣੀ ਰਣਨੀਤੀ ਨੂੰ ਥੋੜਾ ਜਿਹਾ ਬਦਲਿਆ 2014 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਤਾਂ ਉਸ ਤੋਂ ਪਹਿਲਾਂ ਦਿੱਲੀ ਦੀ ਸਰਕਾਰ ਬਣਦੀ ਹੈ ਭਾਵੇਂ ਦਿੱਲੀ ਸਰਕਾਰ ਜਿੱਦਾਂ ਮਰਜ਼ੀ ਕਹੀ ਦੇ ਅਸੀਂ ਅਜੇ ਨਵੇਂ ਆ ਨਵੇਂ ਨਵੇਂ ਕੋਈ ਨਹੀਂ ਹੁੰਦਾ ਬਹੁਤ ਪੁਰਾਣੇ ਹੋ ਗਏ ਆ ਸਰਕਾਰ ਨੂੰ ਹੁਣ ਨਵੇਂ ਤਰੀਕੇ ਗੱਲਾਂ ਕਰਨੀਆਂ ਚਾਹੀਦੀਆਂ ਪਰ ਇੱਥੇ ਗੱਲ ਇਹ ਦੇਖਣ ਵਾਲੀ ਹੈ ਕਿ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਉਹਨਾਂ ਨੇ ਸਭ ਤੋਂ ਵੱਧ ਸਹਾਰਾ ਯੂਥ ਦਾ ਲਿਆ। ਉਹਨਾਂ ਨੇ ਨੌਜਵਾਨਾਂ ਨੂੰ ਫੋਨ ਤੱਕ ਪਹੁੰਚ ਕੀਤੀ। ਆਨਲਾਈਨ ਜਾਂ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਉਹਨਾਂ ਤੇ ਘੱਟ ਇਸਤੇਮਾਲ ਕਰਕੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੇ ਪਹੁੰਚੇ ਉਹ। ਉਹਨਾਂ ਨੇ ਸਿੱਧੇ ਰੂਪ ਚ ਨੌਜਵਾਨਾਂ ਨਾਲ ਜੁੜਿਆ ਫਿਰ ਸੋਸ਼ਲ ਮੀਡੀਆ ਦੇ ਚੈਟਿੰਗ ਦੇ ਜਰੀਏ ਸੋਸ਼ਲ ਮੀਡੀਆ ਤੇ ਮੋਬਾਈਲ ਤੇ ਜਰੀਏ ਸੋਸ਼ਲ ਮੀਡੀਆ ਦੇ ਨਾਲ ਸੰਪਰਕ ਹਰ ਵੇਲੇ ਰੱਖ ਕੇ ਕੈਮਰਾ ਕੇ ਫੇਸਬੁੱਕ ਹੋਵੇ ਚਾਹੇ YouTube ਹੋਵੇ ਚਾਹੇ ਹੋਰ ਪਲੇਟਫਾਰਮ ਹੋ ਇਹਨਾਂ ਤੇ ਪ੍ਰਚਾਰ ਕੀਤਾ ਉਹਦਾ ਅਸਰ ਦਿਖਾਈ ਦਿੱਤਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪਹਿਲਾਂ ਬਣੀ ਸੀ ਰੋਲਾ ਪੈ ਗਿਆ ਦੂਸਰੀ ਵਾਰੀ 67 ਸੀਟਾਂ ਹਾਸਲ ਕੀਤੀਆਂ ਤਾਂ ਉਸ ਵੇਲੇ ਸਭ ਤੋਂ ਵੱਧ ਯੋਗਦਾਨ ਜੇਕਰ ਸੀਗਾ ਤਾਂ ਨੌਜਵਾਨਾਂ ਦਾ ਸੀਗਾ youth ਦਾ ਸੀਗਾ VOTING ਪੱਖੋਂ ਵੀ ਤੇ ਨਾਲ ਦੀ ਨਾਲ ਵੱਖ-ਵੱਖ ਪਲੇਟਫਾਰਮ ਦੇ ਪੱਖੋਂ ਵੀ ਉੱਥੇ ਵੀ ਬਹੁਤ ਹੰਗਾਰਾ ਮਿਲਿਆ ਉਹੀ ਚੀਜ਼ ਦਾ ਫਾਰਮੂਲਾ ਭਾਜਪਾ ਨੇ ਆਪਣਾ 2014 ਚ 2014 ਵਿੱਚ ਭਾਜਪਾ ਦੀ VOTING ਦੇ ਵਿੱਚ ਜੇਕਰ ਯੋਗਦਾਨ ਵਧਿਆ 22 ਕਰੋੜ ਜਿਹੜੇ ਉਹਨਾਂ ਦੇ ਵੋਟਰ ਨਾਲ ਜੁੜੇ ਸੀਗੇ 2019 ਦੇ ਵਿੱਚ ਜਾ ਕੇ ਜਦੋਂ 14 ਕਰੋੜ ਤੋਂ ਸਿੱਧੇ 22 ਕਰੋੜ ਵੋਟਰਾਂ ਤੇ ਉਹ ਪਹੁੰਚੇ ਉਹਦੇ ਵਿੱਚ ਵੀ ਸੋਸ਼ਲ ਮੀਡੀਆ ਦਾ ਤਾਲਮੇਲ ਨਾਲ ਜੁੜਦਾ ਗਿਆ ਹੁਣ ਵੀ ਭਾਜਪਾ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਹੁਣ ਮੋਬਾਈਲਾਂ ਦਾ ਸਹਾਰਾ ਲਿਆ ਜਾ ਰਿਹਾ ਹੈ ਆਨਲਾਈਨ ਸਹਾਰਾ ਲਿਆ ਜਾ ਰਿਹਾ ਹੈ ਜਿਹੜੇ ਵੀ ਕੁਝ ਲੋਕ ਦੱਸਦੇ ਵੀ ਪੈ ਕੇ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਆ ਉਹ ਦੱਸਦੇ ਪੈ ਕੇ ਅਸੀਂ ਇਹ ਰਾਜਨੀਤੀ ਭਾਜਪਾ ਪਾਰਟੀ ਤੋਂ ਬੋਲਦੇ ਆ ਅਸੀਂ ਤੁਹਾਡੀ ਹਰ ਵੇਲੇ ਮਦਦ ਕਰਾਂਗੇ ਕਹਿਣ ਦਾ ਮਤਲਬ ਇੱਦਾਂ ਕੇजरीवाल ਸਾਹਿਬ ਦਾ ਹੀ ਫੋਨ ਆਉਂਦਾ ਸੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਕਿਹੜੇ ਹੋਣੇ ਚਾਹੀਦੇ ਨੇ ਇਹਨਾਂ ਦੇ ਵੀ ਫੋਨ ਆਉਂਦੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਕੰਮ ਕਰ ਰਹੀ ਹੈ ਇਹ ਵੀ ਫੋਨ ਹੁਣ ਆਉਂਦੇ ਪਏ ਆ ਬਹੁਤ ਸਾਰੇ ਲੋਕਾਂ ਨੂੰ ਆਉਂਦੇ ਆ ਪੁੱਛਦੇ ਅਗਲੇ ਫੋਨ ਕਰ ਕਰ ਕੇ ਹੁਣ ਇਹਦਾ ਮਤਲਬ ਹੈ ਕਿ ਜਿਸ ਹਿਸਾਬ ਦੇ ਨਾਲ ਪਤਾ ਯੂਥ ਕਿੱਥੇ ਜ਼ਿਆਦਾ ਉਹਨੂੰ ਖਿੱਚ ਲਓ ਆਪਣੇ ਵੱਲ ਆਮ ਆਦਮੀ ਪਾਰਟੀ ਜਿਹੜਾ ਟਰਿਕ ਵਰਤਿਆ ਸੀ ਭਾਜਪਾ ਵੀ ਉਧਰ ਹੀ ਜਾ ਰਹੀ ਹੈ ਆਈਟੀ ਸੈੱਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਇਸ ਵੇਲੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਈਟੀ ਸੈੱਲ ਨੂੰ ਮਜ਼ਬੂਤ ਕਰ ਰਹੀਆਂ ਨੇ ਕਿਉਂ ਤੁਸੀਂ ਸੋਸ਼ਲ ਮੀਡੀਆ ਤੇ ਕਈ ਵੀਡੀਓ ਦੇਖੀਆਂ ਹੋਣੀਆਂ ਹਾਸੇ ਠੱਠੇ ਵਾਲੀਆਂ ਹੁੰਦੀਆਂ ਉਹਦੇ ਵਿੱਚੋਂ ਅੱਧੇ ਤੋਂ ਵੱਧ ਪੁਰਾਣੀਆਂ ਵੀਡੀਓ ਦੇ ਕਲਿੱਪ ਮੌਜੂਦਾ ਸਮੇਂ ਦੀ ਵੀਡੀਓ ਜਿਹੜੀ ਹੁੰਦੀ ਹੈ ਉਹਨੂੰ ਜੋੜ ਕੇ ਦਿਖਾ ਦਿੱਤਾ ਜਾਂਦਾ ਦੇਖੋ ਜਦੋਂ ਆਹ ਗੱਲ ਸੀ ਆ ਹੁਣ ਆ ਗੱਲ ਕਹੀ ਜਾ ਰਹੀ ਹੈ ਬਹੁਤ ਵੱਡੀਆਂ ਟੀਮਾਂ ਕੰਮ ਕਰਦੀਆਂ ਪਈਆਂ ਨੇ ਰੌਲਾ ਤਾਂ ਮੌਜੂਦਾ ਸਰਕਾਰ ਦਾ ਵੀ ਚੱਲਦਾ ਪਿਆ ਕਿ ਚੰਡੀਗੜ੍ਹ ਦੇ ਵਿੱਚ ਜਿਕਰ ਹੈਗੀਆਂ ਹਰ ਇੱਕ ਰਾਜਨੀਤਿਕ ਪਾਰਟੀ ਚਾਹੁੰਦੀ ਹੈ ਕਿ ਉਹ ਮਜਬੂਤੀ ਵੱਲ ਜਾਵੇ ਤੇ ਭਾਜਪਾ ਜਿਸ ਹਿਸਾਬ ਦੇ ਨਾਲ ਘਰ ਘਰ ਮਿੱਟੀ ਦੀ ਸ਼ੁਰੂਆਤ ਕਰ ਰਹੀ ਹੈ ਦੇਖਦੇ ਹਾਂ ਵਾਲੇ ਦਿਨਾਂ 'ਚ ਹਾਲਾਤ ਕਿੱਦਾਂ ਨੂੰ ਜਾਂਦੇ ਨੇ ਪਾਰਟੀ ਕਿੰਨਾ ਕੁ ਉੱਪਰ ਵੱਲ ਉੱਠਦੀ ਹੈ ਅੱਗੇ ਬਾਤ ਇਹ ਹੈ ਇੱਕ ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ ਨਸ਼ਿਆਂ ਲੈ ਕੇ ਰਿਪੋਰਟ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਪਿੰਡਾਂ 'ਚ ਲੋਕਾਂ ਨੇ ਰਾਤ ਨੂੰ ਪਹਿਰਾ ਲਾਉਣਾ ਸ਼ੁਰੂ ਕੀਤਾ ਕੁਝ ਕੁ ਪਿੰਡਾਂ ਵਿੱਚ 24 ਘੰਟੇ ਪਹਿਰਾ ਲੱਗਦਾ ਪਿਆ ਕੁਝ ਕੁ ਪਿੰਡਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਸੁਧਾਰ ਆਇਆ ਕੁਝ ਕੁ ਪਿੰਡਾਂ ਵਿੱਚ ਤਸਕਰ ਜਿਹੜੇ ਸ਼ਰੀਆਮ ਘੁੰਮਦੇ ਸੀ ਉਹ ਘੱਟ ਦੇਖਣ ਨੂੰ ਮਿਲ ਰਹੇ ਆ ਕੁਝ ਕੁ ਪਿੰਡਾਂ ਦੇ ਵਿੱਚ ਉਹਨਾਂ ਤਸਕਰਾਂ ਨੇ ਰਸਤਾ ਬਦਲ ਲਿਆ ਕੁਝ ਕੁ ਪਿੰਡਾਂ ਦੇ ਵਿੱਚ ਉਹਨਾਂ ਟਿਕਾਣੇ ਬਦਲੇ ਨੇ ਕੁਝ ਕੁ ਪਿੰਡਾਂ ਵਿੱਚ ਅਜੇ ਤੱਕ ਸਪਲਾਈ ਬਿਲਕੁਲ ਵੀ ਨਹੀਂ ਰੁਕੀ ਇਮਾਨਦਾਰ ਬੰਦਿਆਂ ਨੂੰ ਨਾਲ ਜੋੜਿਆ ਜਾ ਰਿਹਾ ਹੈ ਪੈਸੇ ਇਹ ਦੇ ਕੇ ਬੱਚਿਆਂ ਤੋਂ ਕੰਮ ਲਿਆ ਜਾ ਰਿਹਾ ਕਿ ਤੁਸੀਂ ਉੱਧਰ ਨੂੰ ਜਾਇਓ ਤੁਹਾਨੂੰ ਇੰਨੇ ਕੇ ਪੈਸੇ ਦੇ ਦਾਂਗੇ ਲਾਲਚ ਦਿੱਤਾ ਜਾ ਰਿਹਾ ਚਰਚਾ ਚੱਲਦੀ ਪਈ ਹੈ ਦੂਸਰੇ ਪਾਸੇ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਛਡਾਉਣ ਦੇ ਨਾਂ ਤੇ ਇਹ ਇੱਕ ਵੱਡਾ ਤੰਦਾ ਹੋ ਰਿਹਾ ਜੀ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਨਸ਼ਾ ਛਡਾਊ ਕੇਂਦਰ ਹੈਗੇ ਆ ਉਹਨਾਂ ਦੇ ਵਿੱਚੋਂ ਅਧਿਆਂ ਤੇ ਦੋਸ਼ ਲੱਗਦੇ ਕਿ ਇੱਥੇ ਸਹੀ ਤਰੀਕੇ ਨਾਲ ਇਲਾਜ ਨਹੀਂ ਕੀਤਾ ਜਾਂਦਾ ਆ ਪਿਛਲੇ ਦਿਨ ਇੱਕ ਖਬਰ ਆਈ ਇੱਕ ਨੌਜਵਾਨ ਨਸ਼ੇ ਛਡਾਊ ਕੇਂਦਰ ਚ ਭੇਜਿਆ ਉਹ ਤਾਕੀ ਤੋੜ ਕੇ ਉਥੋਂ ਭੱਜ ਆਇਆ ਘਰ ਆ ਕੇ ਟੀਕਾ ਲਾ ਲਿਆ ਜੀ ਉਹਨੇ ਟੀਕਾ ਲਾਇਆ ਨਾਲ ਹੀ ਉਹਦੀ ਮੌਤ ਹੋ ਗਈ ਫਿਰ ਇੱਕ ਰੌਲਾ ਪਿਆ ਕਿ ਉਹਦੇ ਟੀਕਾ ਤੇ ਦੋਸਤ ਨੇ ਲਾਇਆ ਸੀ ਇਸ ਕਰਕੇ ਉਹਦੀ ਮੌਤ ਹੋ ਗਈ ਕੀ ਅਸਲ ਸੀਗਾ ਸਾਨੂੰ ਨਹੀਂ ਪਤਾ ਪਰ ਰੌਲਾ ਬਹੁਤ ਪਿਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਕੁਝ ਨੂੰ ਇਸ ਕਰਕੇ ਭੇਜਦੇ ਜਿਹੜੇ ਆਦੀ ਆ ਨਸ਼ੇ ਦੇ ਕਿ ਇਹ ਠੀਕ ਹੋ ਜਾਣ ਪਰ ਅੰਕੜੇ ਬਹੁਤ ਹੈਰਾਨ ਕਰਨ ਵਾਲੇ ਐ ਲੱਖਾਂ ਰੁਪਏ ਖਰਚ ਆ ਜਾਂਦੇ ਐ ਹਜ਼ਾਰਾਂ ਰੁਪਏ ਖਰਚ ਆ ਜਾਂਦੇ ਐ ਕਿਸੇ ਨੇ 20000 ਰੇਟ ਰੱਖਿਆ ਕਿਸੇ ਨੇ 30000 ਰੱਖਿਆ ਸਰਕਾਰੀਆਂ ਦੇ ਵਿੱਚ ਕਿੰਨਾ ਰੇਟ ਐ ਪਤਾ ਨਹੀਂ ਪਰ ਇੰਨਾ ਜ਼ਰੂਰ ਐ ਪੈਸੇ ਹੈ ਵੀ ਕਿ ਨਹੀਂ ਇਹ ਵੀ ਨਹੀਂ ਪਤਾ ਨਹੀਂ ਪਰ ਇੰਨਾ ਜ਼ਰੂਰ ਐ ਕੁਝ ਨਿੱਜੀ ਜਿਹੜੇ ਨਸ਼ਾ ਛਡਾਊ ਕੇਂਦਰ ਐ ਉੱਥੇ ਕੁਟਕਟਾਪਾ ਵੀ ਕਹਿੰਦੇ ਬਹੁਤ ਕੀਤਾ ਜਾਂਦਾ ਜੇਕਰ ਸੱਚ ਐ ਤਾਂ ਫਿਰ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਮਾਨਸਿਕ ਤੌਰ ਤੇ ਬੰਦੇ ਨੂੰ ਸਮਝਾਉਣ ਦੀ ਜ਼ਰੂਰਤ ਹੈ ਜੇਕਰ ਤੁਸੀਂ ਕਹੋਗੇ ਕੁੱਟ ਕੇ ਬੰਦਾ ਸੋਧ ਲਊਗਾ ਇਦਾਂ ਨਹੀਂ ਸੋਧਣਾ ਰਾਤ ਨੂੰ ਬੰਦੇ ਨੇ ਸ਼ਰਾਬ ਪੀਤੀ ਹੋਵੇ ਤੁਸੀਂ ਉਹਦੇ ਚਪੇੜਾ ਮਾਰੀ ਜੋ ਉਹਦਾ ਕੀ ਅਸਰ ਹੈ ਸਵੇਰੇ ਉੱਠ ਕੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਉਹਨੂੰ ਪਤਾ ਹੀ ਨਹੀਂ ਉਹ ਤੇ ਰਾਤ ਹੀ ਪਈਆਂ ਹੁੰਦਾ ਹੀ ਨਸ਼ੇ ਵਿੱਚ ਹੈ ਇਸ ਕਰਕੇ ਸੋਫੀ ਹਾਲਾਤ ਵਿੱਚ ਹੀ ਬੰਦੇ ਨਾਲ ਗੱਲ ਕਰੋ ਤਾਂ ਫੇਰ ਹੀ ਫਾਇਦਾ ਵੈਸੇ ਸੋਫੀ ਹਾਲਾਤਾਂ ਵਿੱਚ ਇਸ ਤਰ੍ਹਾਂ ਦੇ ਲੋਕ ਮਿਲਦੇ ਵੀ ਘੱਟ ਹੈ ਪਰ ਮਾਨਸਿਕ ਤੌਰ ਤੇ ਉਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਤੁਸੀਂ ਨਸ਼ਾ ਛਡਾਊ ਕੇਂਦਰ ਖੋਲ੍ਹਦੇ ਹੋ ਤੁਸੀਂ ਮਨੋਵਿਗਿਆਨਿਕ ਕੇਂਦਰ ਖੋਲ੍ਹੋ ਪੰਜਾਬ ਦੇ ਪੰਜਾਬ ਦੇ ਵਿੱਚ ਸੀਟਾਂ ਖਾਲੀ ਨੇ ਕਿੰਨੇ ਕ ਮਨੋਵਿਗਿਆਨੀ ਕੇਂਦਰਾਂ ਬਾਰੇ ਤੁਸੀਂ ਅੱਜ ਤੱਕ ਸੁਣਿਆ ਦੱਸੋ ਖੁਦ ਖੁਦ ਦੱਸੋ ਕਿੰਨੇ ਆਗਿਆ ਸੁਣਿਆ ਅੱਜ ਤੱਕ ਡਾਕਟਰ ਜੇਕਰ ਮਨੋਵਿਗਿਆਨੀ ਤਾਂ ਕੋਈ ਲੱਭਣਾ ਪਵੇ ਤਾਂ ਜਦ ਹਨੇਰੇ ਦੇ ਵਿੱਚ ਟਾਰਚ ਲੈ ਕੇ ਬੰਦਾ ਲੱਭਣ ਵਾਲੀ ਗੱਲ ਹੁੰਦੀ ਹੈ ਇਸ ਤਰ੍ਹਾਂ ਲੱਭਿਆ ਜਾਂਦਾ ਪਰ ਸਵਾਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਉਹਨਾਂ ਤੱਕ ਪਹੁੰਚ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ 528 ਓਟ ਕਲੀਨਿਕ ਨੇ ਓਟ ਕਲੀਨਿਕ ਕੀ ਹੈ ਜਦੋਂ ਬੰਦਾ ਨਸ਼ਾ ਛੱਡ ਦਿੰਦਾ ਹੈ ਬਿਲਕੁਲ ਤੰਦਰੁਸਤ ਤਾਂ ਉਸ ਵੇਲੇ ਉਹਨਾਂ ਨੂੰ ਘਰ ਚ ਭੇਜਿਆ ਜਾਂਦਾ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 216 ਡੀ ਐਡਿਕਸ਼ਨ ਸੈਂਟਰ ਹੈ ਹੁਣ ਇਹਨਾਂ ਦਾ ਸੱਚ ਕੀ ਹੈ ਸਿਰਫ 7 ਸਾਲਾਂ ਵਿੱਚ 7 ਸਾਲਾਂ ਵਿੱਚ 9 ਲੱਖ ਲੋਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਏ 9 ਲੱਖ ਅੰਕੜਾ ਦੇਖੋ ਜਿੰਨੇ ਕ ਪੰਜਾਬ ਦੇ ਵਿੱਚ ਕਿਸਾਨ ਖੇਤੀ ਕਰਦੇ ਐ ਉਹ ਤੋਂ ਥੋੜੀ ਜਿਹੀ ਘੱਟ ਹੈ 12 14 ਲੱਖ ਕਿਸਾਨ ਹੈਗੇ ਜਿਹੜੇ ਖੇਤੀ ਨਾਲ ਜੁੜੇ ਹੋਏ ਐ ਤੇ 4152 ਲੋਕਾਂ ਨੇ ਹੁਣ ਤੱਕ ਨਸ਼ਾ ਛੱਡਿਆ ਸਿਰਫ 4152 9 ਲੱਖ ਲੋਕਾਂ ਨੇ ਉੱਥੇ ਰਜਿਸਟਰ ਕੀਤਾ ਤੇ 4152 ਨਸ਼ਾ ਛੱਡ ਪਏ। ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ? ਤਰਾਸਦੀ ਤਾਂ ਇਹ ਵੀ ਹੈ ਕਿ ਪਹਿਲਾਂ ਮੁੰਡਿਆਂ ਲਈ ਨਸ਼ਾ ਛਡਾਊ ਕੇਂਦਰ ਹੁੰਦੇ ਸੀ ਪਰ ਹੁਣ ਕੁੜੀਆਂ ਲਈ ਵੀ ਨਸ਼ਾ ਛਡਾਊ ਕੇਂਦਰ ਬਣਾਉਣੇ ਪੈ ਰਹੇ ਨੇ। ਪੰਜਾਬ ਦੇ ਵਿੱਚ 2 ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸਾਰੇ ਪਾਸੇ ਚਰਚਾ ਹੋਈ ਗਈ ਉਹਦੀ। ਇੱਕ ਮੁੰਡਾ ਲਟਿਆ ਪਿਆ, ਇੱਕ ਦੋਸਤ ਉਹਦਾ ਬੈਠਾ ਪਿਆ। ਕੁੜੀ ਟੀਕਾ ਲਾਉਂਦੀ ਪਈ ਉਹਦੇ। ਪੱਟ ਦੀ ਨਾਲ ਵਿੱਚ ਟੀਕਾ ਲਾਉਂਦੀ ਪਈ ਹੈ। ਅੰਦਾਜ਼ਾ ਲਗਾ ਕੇ ਦੇਖੋ ਹਾਲਾਤ ਕਿੱਥੋਂ ਤੱਕ ਬਦਲ ਚੁੱਕੇ ਨੇ ਜਦੋਂ ਅੰਕੜਿਆਂ ਦੀ ਗੱਲ ਕਰਦੇ ਆ 2017 ਦੇ ਵਿੱਚ 1790 ਲੋਕਾਂ ਨੇ ਆਪਣੇ ਆਪ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਜਿਸਟਰ ਕਰਵਾਇਆ ਜਾਂ ਮਾਪਿਆਂ ਨੇ ਕਰਾਇਆ ਉਹਨਾਂ ਦੇ ਵਿੱਚੋਂ ਸਿਰਫ ਸਿਰਫ 13 ਬੰਦੇ ਠੀਕ ਹੋਏ 13 ਜਣਿਆਂ ਨੇ ਨਸ਼ਾ ਛੱਡਿਆ ਬਾਕੀ 2018 ਵਿੱਚ ਗਿਣਤੀ ਦੇਖੋ ਕਿੰਨੀ ਵਧੀ ਹੈ 2017 ਵਿੱਚ ਨਸ਼ਾ ਘੱਟ ਸੀ ਕੀ ਕਾਰਨ ਸੀਗਾ ਅੰਕੜਿਆ ਨੇ ਹੇਰ ਫੇਰ ਸੀ ਜਾਂ ਕੀ ਸੀ ਪਤਾ ਨਹੀਂ 2018 ਵਿੱਚ 120675 ਲੋਕਾਂ ਨੇ ਨਸ਼ਾ ਛਡਾਊ ਕੇਂਦਰ ਵਿੱਚ ਰਜਿਸਟਰ ਕਰਵਾਇਆ 1074 ਬੰਦੇ ਸਿਰਫ ਠੀਕ ਹੋਏ ਹੁਣ ਅੰਦਾਜ਼ਾ ਲਗਾਇਆ ਜਾ ਸਕਦਾ 2019 ਵਿੱਚ 243880 ਲੋਕਾਂ ਨੇ ਨਸ਼ਾ ਛਡਾਊ ਕੇਂਦਰ ਵਿੱਚ ਰਜਿਸਟਰ ਕਰਵਾਇਆ ਤੇ ਨਾਲ ਦੀ ਨਾਲ ਕਿਹਾ ਜਾਂਦਾ 1781 ਲੋਕਾਂ ਨੇ ਨਸ਼ਾ ਛੱਡਿਆ ਇਸੇ ਤਰ੍ਹਾਂ 2020 21 22 ਦੇ ਅੰਕੜੇ ਦੱਸਦੇ ਆ 2020 ਵਿੱਚ ਸਭ ਤੋਂ ਵੱਧ ਜਦੋਂ 243880 ਲੋਕ ਸੀਗੇ ਤਾਂ ਫਿਰ ਅਗਲੇ ਸਾਲ 247684 ਲੋਕ ਆ ਜਾਂਦੇ ਨੇ 2022 ਵਿੱਚ 127519 2021 ਚ 126135 ਇੱਥੇ ਇੱਕ ਚੀਜ਼ ਦੇਖੋ 2020 ਤੇ 2021 ਵਿੱਚ ਕੋਰੋਨਾ ਸਿਖਰ ਤੇ ਸੀਗਾ 2021 ਦੀ ਸ਼ੁਰੂਆਤ ਵਿੱਚ ਉਸ ਵੇਲੇ ਵੀ 126135 ਲੋਕਾਂ ਨੂੰ ਨਸ਼ਾ ਛਡੋ ਕੇਂਦਰ ਦੇ ਵਿੱਚ ਭੇਜਿਆ ਗਿਆ ਤੇ ਇਹਦੇ ਵਿੱਚੋਂ ਸਿਰਫ 168 ਲੋਕ ਹੀ ਠੀਕ ਹੋ ਪਾਏ 2022 ਦੇ ਵਿੱਚ 127319 ਲੋਕ ਨਸ਼ਾ ਛਡਾਊ ਕੇਂਦਰ ਵਿੱਚ ਭੇਜੇ ਗਏ ਸਿਰਫ 47 ਲੋਕ ਠੀਕ ਹੋਏ 2023 ਵਿੱਚ ਹੁਣ ਤੱਕ ਅੰਕੜਾ ਕਹਿੰਦਾ 39404 ਰਜਿਸਟਰ ਹੋਏ ਨੇ ਤੇ 48 ਨੇ ਨਸ਼ਾ ਛੱਡਿਆ ਪਰ ਇੱਕ ਹੋਰ ਕਮਾਲ ਦੀ ਗੱਲ ਦੇਖੋ ਇਹ ਅੰਕੜਾ ਰਜਿਸਟਰ ਹੋਣ ਵਾਲੇ ਦੇ ਘੱਟ ਕਿਉਂ ਆ ਕੀ ਇੱਥੇ ਅੰਕੜੇ ਬਿਲਕੁਲ ਸਹੀ ਹੈ ਵੈਸੇ ਤਾਂ ਕਿਹਾ ਜਾ ਰਿਹਾ ਹੈ ਕਿ ਇਹ ਅੰਕੜੇ 26 ਅਕਤੂਬਰ 2017 ਤੋਂ ਲੈ ਕੇ 30 ਜੂਨ 2023 ਤੱਕ ਦੇ ਆ ਹੋ ਸਕਦਾ ਗਿਣਤੀ 11500 ਹੋਰ ਵੱਧ ਜਵੇ ਪਰ ਪੰਜਾਬ ਜਾ ਕੇ ਦਨੂ ਰਹਾ ਵੱਡੀ ਗਿਣਤੀ 9 ਲੱਖ ਬੰਦਾ ਥੋੜਾ ਨਹੀਂ ਹੁੰਦਾ ਅੱਧੇ ਤੋਂ ਵੱਧ ਨੌਜਵਾਨ ਯੂਥ ਕ੍ਰੀਮ ਪੰਜਾਬ ਦੀ ਬਾਹਰ ਜਾ ਚੁੱਕੀ ਹੈ ਵਿਦੇਸ਼ ਚ ਜਾ ਚੁੱਕੀ ਹੈ ਵਿਦੇਸ਼ ਚ ਜਾ ਕੇ ਵੀ ਕੋਈ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨਹੀਂ ਸੀ ਉਹਦਾ ਵੀ ਜ਼ਿਕਰ ਕਰਾਂਗੇ ਕੈਨੇਡਾ ਵਿੱਚ ਕੀ ਕੁਝ ਹੋ ਰਿਹਾ ਕਿਉਂਕਿ ਖਬਰਾਂ ਬਹੁਤ ਪਰੇਸ਼ਾਨ ਕਰਨ ਵਾਲੀਆਂ ਨੇ ਸਾਡੀ ਨੌਜਵਾਨ ਪੀੜੀ ਉਧਰ ਜਾ ਕੇ ਕਿਦਾਂ بگੜਦੀ ਪਈ ਹੈ ਕਿਹੜੇ ਹਾਲਾਤਾਂ ਵਿੱਚ ਕੰਮ ਕਰੀ ਹੈ ਮਾਪੇ ਸੋਚਣ ਨੂੰ ਮਜਬੂਰ ਨੇ ਦੰਦਾ ਵਿੱਚ ਉਂਗਲ ਦੇ ਕੇ ਸੋਚਦੇ ਪਏ ਆ ਕਿ ਅਸੀਂ ਇੰਨੇ ਲੱਖ ਰੁਪਏ ਦੇ ਕੇ ਬੱਚੇ ਉੱਥੇ ਭੇਜੇ ਨੇ ਪਰ ਕਿਹੜੀਆਂ ਹਰਕਤਾਂ ਵਿੱਚ ਪੈ ਗਏ ਨੇ ਅਸੀਂ ਜੇਕਰ ਉਹਦਾ ਵੀ ਕਰਾਂਗੇ ਪਰ ਬੇਟੀ ਬਚਾਓ ਬੇਟੀ ਪੜਾਓ ਇਹ ਤਾਂ ਅਸੀਂ ਮੁਹਿੰਮ ਦੇਖੀ ਸੀਗੀ ਪਰ ਹੁਣ ਬੇਟਾ ਬਚਾਉਣ ਲਈ ਵੀ ਮੁਹਿੰਮ ਚੱਲਦੀ ਪਈ ਹੈ ਬੇਟੇ ਨੂੰ ਬਚਾਉਣਾ ਪੈਣਾ ਕਿਉਂਕਿ ਹਾਲਾਤ ਜਿੱਥੋਂ ਤੱਕ ਪਹੁੰਚ ਚੁੱਕੇ ਨੇ ਨਸ਼ਾ ਤਸਕਰਾਂ ਨੇ ਜਿਸ ਤਰ੍ਹਾਂ ਦੇ ਨਾਲ ਜਾਲ ਵਿਛਾਇਆ ਹੋਇਆ ਆ 10 ਗ੍ਰਾਮ 5 ਗ੍ਰਾਮ 20 ਗ੍ਰਾਮ 40 ਗ੍ਰਾਮ ਵਾਲੇ ਫੜ ਕੇ ਬਹੁਤ ਵੱਡਾ ਕੱਦੂ ਦੀ ਤੀਰ ਨਹੀਂ ਮਾਰ ਲੰਨੇ ਨਸ਼ਾ ਤਸਕਰ ਵੱਡੇ ਜਿਹੜੇ ਨੇ ਵੱਡੀਆਂ ਮੱਛੀਆਂ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਸਵਾਲ ਤੇ ਵੱਡਾ ਨਾ ਸਭ ਤੋਂ ਪੰਜਾਬ ਦੇ ਵਿੱਚ ਕਦੀ ਖਬਰ ਆਈਂਦੀ ਆ 70 ਕਰੋੜ ਦੀ ਹੈਰਵਨ ਫੜ ਲਈ 5 ਕਰੋੜ ਦੀ ਹੈਰਵਨ ਫੜ ਲਈ ਠੀਕ ਐ ਫੜੀ ਐ ਪਰ ਉਹਨਾਂ ਦੇ ਸਬੰਧ ਕਿਹਨਾਂ ਦੇ ਨਾਲ ਸੀਗੇ ਕਿਉਂ ਨਹੀਂ ਪਤਾ ਲੱਗਦਾ ਪਿਆ ਆ ਪੰਜਾਬ ਪੁਲਿਸ ਦਾ ਇੱਕ ਉੱਚ ਅਫਸਰ ਅਜੇ ਤੱਕ ਨਹੀਂ ਫੜ ਹੋਇਆ ساری ਜ਼ਿੰਦਗੀ ਦਬਦਬਾ ਰਿਆ ਹੋਣਾ ਨਸ਼ੇ ਦੇ ਮਾਮਲੇ ਵਿੱਚ ਫਸਿਆ ਪਿਆ ਦੋ ਜਣੇ ਫਸੇ ਸੀਗੇ ਇੰਸਪੈਕਟਰ ਇੰਦਰ ਜੀ ਸੀਗਾ ਉਹਨੇ ਨਾਮ ਲਿਆ ਰਾਜਜੀਤ ਤੇ ਕਾਰਵਾਈ ਹੋਈ ਕਾਰਵਾਈ ਤੋਂ ਬਾਅਦ ਕਿੰਨੇ ਮਹੀਨੇ ਹੋ ਚੁੱਕੇ ਨੇ ਅਜੇ ਤੱਕ ਰੂਪੋਸ਼ਾ ਕਿੱਥੇ ਹੈ ਪਤਾ ਹੀ ਨਹੀਂ ਕਿਸੇ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਹੋਰ ਅਫਸਰ ਹੋਣਗੇ ਕਾਰਵਾਈ ਠੋਕ ਪਾ ਜਾ ਕੇ ਕਰੋ ਦੂਸਰੇ ਪਾਸੇ ਜਿਹੜੇ ਵੱਡੇ ਤਸ਼ਕਰ ਤਸਕਰ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ ਕੱਲ ਮਾਨਸੇਰ ਦੇ ਵਿੱਚੋਂ ਜਦੋਂ ਇਹ ਖਬਰ ਆਉਂਦੀ ਹੈ ਪਰਮਿੰਦਰ ਸਿੰਘ ਝੋਟੇ ਦੀ ਗ੍ਰਿਫਤਾਰੀ ਹੋਈ ਸੀਗੀ ਰਿਹਾਈ ਕੀਤੀ ਹੈ ਉਹਦੀ ਕੱਲ ਰਾਤ ਰਿਹਾ ਹੋਇਆ ਉਸ ਬੰਦੇ ਦੀ ਤਰੀਕਾ ਗਲਤ ਸੀ ਕੰਮ ਕਰਨ ਦਾ ਮਨਛਾ ਸਹੀ ਹੋ ਸਕਦੀ ਪਰ ਤਰੀਕਾ ਗਲਤ ਸੀਗਾ ਪਰ ਉਹ ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਮੁਹਿੰਮ ਤਾਂ ਸ਼ੁਰੂ ਹੋਈ ਹੈ ਨਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਿਸਾਨ ਦਿੱਲੀ ਵਿੱਚ ਜਾ ਕੇ ਬੈਠੇ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਬੈਠੇ ਕਿਸਾਨਾਂ ਨੇ ਇਹ ਗੱਲ ਕਹੀ ਕਿ ਅਸੀਂ ਇੱਥੇ ਆਪਣੇ ਹੱਕ ਵਾਪਸ ਲੈ ਕੇ ਜਾਵਾਂਗੇ ਹੁਣ ਕਿਸਾਨ ਜਥੇਬੰਦੀਆਂ ਜੋਗਿੰਦਰ ਸਿੰਘ ਉਗਰਾਹ ਨੇ ਉਸ ਦਿਨ ਕੀ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਤੋਂ ਖੇਤੀ ਅੰਦੋਲਨ ਤੋਂ ਵੱਡਾ ਇਹ ਅੰਦੋਲਨ ਹੋ ਸਕਦਾ ਨਸ਼ਿਆਂ ਦੇ ਖਿਲਾਫ ਜੇਕਰ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਇਸ ਵੇਲੇ ਇਹ ਹੀ ਹੈ ਸਦੋ ਵਿਸ਼ੇਸ਼ਾਚਨ ਇੱਕ ਵਾਰ ਕਰੂੰ ਗੱਲਬਾਤ ਤੇ ਕਿ ਉਹਨਾਂ ਕੀ ਬੋਲਦਾ ਪਏ ਦੋ ਚਾਰ ਸਿਆਸਤਦਾਨ ਨੇ ਉਹਨੂੰ ਕਹਿੰਦਾ ਉੱਤੇ ਦੋਸ਼ ਲਗਾਉਂਦਾ ਉਹ ਕਹਿੰਦਾ ਫਲਾਨੀ ਸਰਕਾਰ ਨੇ ਕੀਤਾ ਉਹ ਕਹਿੰਦਾ ਉਹਨਾਂ ਨੇ ਕੀਤਾ ਫਲਾਨੇ ਨੇ ਕੀਤਾ ਗੱਲ ਇਹ ਨਹੀਂ ਕੰਨ ਕੀਤਾ ਕਿਹਦੀ ਸਰਕਾਰ ਵੇਲੇ ਹੋਇਆ ਐਸ ਵੇਲੇ ਵੀ ਹੋਇਆ ਪਿਛਲੇ ਵੇਲੇ ਵੀ ਹੋਇਆ ਹੁਣ ਵੀ ਚੱਲ ਰਿਹਾ ਉਦੋਂ ਵੀ ਚੱਲਿਆ ਪਰ ਰੋਕਣਾ ਕਿ ਨਾ ਸਵਾਲ ਇਹ ਸਭ ਤੋਂ ਵੱਡਾ ਲੋਕ ਕਹਿੰਦੇ ਪਏ ਤੁਸੀਂ ਗੱਲਾਂ ਨਾ ਕਰੋ ਤੁਸੀਂ ਕਰਕੇ ਦਿਖਾਓ ਲੋਕ ਇਹ ਗੱਲ ਕਹਿੰਦੇ ਪਏ ਆ ਬਾਕੀ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਦੌਰਾਨ ਗੱਲ ਕਿਧਰ ਨੂੰ ਜਾਂਦੀ ਹੈ ਪਰ ਇੱਕ ਗੱਲ ਹੋਰ ਹੈ ਬਹੁਤ ਸਾਰੇ ਲੋਕ ਸ਼ਰਾਬ ਪੀਣ ਦੇ ਆਦੀ ਹੈ ਪਿਛਲੇ ਦਿਨੀ ਸਰਕਾਰ ਨੇ ਕਿਹਾ ਕਿ ਜਦੋਂ ਪੈਲਸਾਂ ਦੇ ਵਿੱਚੋਂ ਲੋਕਾਂ ਨੇ ਬਾਹਰ ਨਿਕਲਣ ਦਾ ਟੈਸਟ ਕੀਤਾ ਜਾਵੇਗਾ 5 ਦਿਨ ਚੱਲਿਆ ਹੈ ਕੰਮ ਉਸ ਤੋਂ ਬਾਅਦ ਅਜੇ ਤੱਕ ਕੀ ਹੋਇਆ ਰੌਲਾ ਤਾਂ ਇਹ ਵੀ ਚੱਲਦਾ ਲੋਕ ਕਹਿੰਦੇ ਜਿਨ੍ਹਾਂ ਨੇ ਟੈਸਟ ਕਰਨਾ ਉਹਨਾਂ ਦਾ ਵੀ ਟੈਸਟ ਕੀਤਾ ਜਾਵੇ ਕਿਉਂਕਿ ਜਿਹੜੇ ਵਿਭਾਗ ਦੀ ਅਸੀਂ ਗੱਲ ਕਰ ਰਹੇ ਹਾਂ ਨਾ ਟੈਸਟ ਕਰਨ ਵਾਲਿਆਂ ਦੀ ਉਹਨਾਂ ਤੇ ਵੀ ਉਂਗਲਾਂ ਉੱਠ ਰਹੀਆਂ ਨੇ ਧਿਆਨ ਤਾਂ ਉਧਰ ਵੀ ਦੇਣ ਦੀ ਜਰੂਰਤ ਹੈ ਡੀਜੀਪੀ ਸਾਹਿਬ ਦੇਖੋ ਇੱਕ ਵਾਰੀ ਬਾਜ਼ ਅੱਖ ਦੇ ਨਾਲ ਉਦੋਂ ਵੀ ਕਿ ਇਦਾਂ ਦੀ ਗੱਲ ਹੈਗੀ ਹੈ ਕਿ ਰੌਲਾ ਹੀ ਹੈ ਪਰ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਨਸ਼ਾ ਬੱਧ ਦਾ ਪਿਆ ਪਰਮਿੰਦਰ ਸਿੰਘ ਝੋਟੇ ਦੀ ਉਸ ਮੁਹਿੰਮ ਨੂੰ ਹੰਗਾਰਾ ਉਸ ਇਲਾਕੇ ਦੇ ਵਿੱਚ ਮਿਲਿਆ ਬਹੁਤ ਸਾਰੇ ਲੋਕ ਸਾਥ ਦੇ ਰਹੇ ਨੇ ਤਰੀਕਾ ਗਲਤ ਨੂੰ ਸਹੀ ਤਰੀਕੇ ਨਾਲ ਜੇਕਰ ਅੱਗੇ ਵੱਲ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੀ ਮਰਜ਼ੀ ਹੈ ਸਾਨੂੰ ਇਹਨਾਂ ਨੇ ਕਿ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਪਾਈ ਆਪਣੇ ਹਿਸਾਬ ਨਾਲ ਜਿੱਦਾਂ ਕੰਮ ਕਰਨਾ ਕਰੋ ਕਾਨੂੰਨ ਆਪਣੇ ਤਰੀਕੇ ਨਾਲ ਫੇਰ ਕੰਮ ਕਰੇਗਾ ਪਰ ਜਿਹੜੀਆਂ ਥਾਵਾਂ ਤੇ ਨਸ਼ਾ ਵੇਚਦਾ ਪਿਆ ਉਥੇ ਮੈਡੀਕਲ ਸਟੋਰਾਂ ਤੇ ਨਸ਼ਾ ਵੇਚਦਾ ਪਿਆ ਮੈਡੀਕਲ ਨਸ਼ਾ ਵੱਦਦਾ ਜਾ ਰਿਹਾ ਕਿਉਂਕਿ ਨਸ਼ਾ ਛੱਡਣ ਦੇ ਲਈ ਵੀ ਜਿਹੜੀ ਇਹ ਗੋਲੀ ਦਿੱਤੀ ਜਾਂਦੀ ਹੈ ਸਭ ਤੋਂ ਪਹਿਲਾਂ ਕਿ ਚਲੋ ਹੌਲੀ-ਹੌਲੀ ਛੱਡ ਦੇਗੇ ਵੱਡੀ ਗੱਲ ਇਹ ਹੈ ਕਿ ਕੁਸ਼ਕ ਨਸ਼ਾ ਛਡਾਊ ਕੇਂਦਰਾਂ ਵਿੱਚ ਕ ਕਿ ਚਲੋ ਹੁੰਦਾ ਤਾਂ ਹੈ ਨਾ ਤੇ ਜਿਹੜੀ ਕਮਾਈ ਹੋ ਰਹੀ ਹੈ ਇਧਰ ਧਿਆਨ ਦਿੱਤਾ ਜਾਵੇ ਅਸੀਂ ਜ਼ਿਕਰ ਕਰਕੇ ਹਟੇ ਸੀ ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਵੱਧਦਾ ਪਿਆ ਕੈਨੇਡਾ ਵਿੱਚ ਇਸ ਵੇਲੇ ਸਭ ਤੋਂ ਵੱਡੀ ਖਬਰ ਦੋ ਚੀਜ਼ਾਂ ਸਾਹਮਣੇ ਆ ਰਹੀਆਂ ਨਸ਼ੇ ਨੂੰ ਲੈ ਕੇ ਕਿ ਨੌਜਵਾਨ ਪੀੜੀ ਉਧਰ ਨੂੰ ਜਾ ਰਹੀ ਹੈ ਦੂਸਰੀ ਗੈਂਗਸਟਰ ਵਾਲ ਵੱਧਦਾ ਪਿਆ ਤੀਸਰੀ ਇੱਕ ਜਿਹੜੀ ਹੋਰ ਜਿਹਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਪੰਜਾਬੀ ਕੁੜੀਆਂ ਦੇ ਜਿੰਸੀ ਸ਼ੋਸ਼ਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਹੁਣ ਇਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੀ ਸਰਬ ਸਭ ਨੂੰ ਕਿਹਾ ਅ ਸ਼੍ਰੀ ਕਾਲਤਖਸਰ ਸਾਹਿਬ ਦੇ ਜਸਦਰ ਸਾਹਿਬ ਨੂੰ ਕਿਹਾ ਕਿ ਇੱਧਰ ਧਿਆਨ ਦਿੱਤਾ ਜਾਵੇ ਜਦੋਂ ਕਾਰਜਕਾਰੀ ਜਸਦਰ ਗਿਆਨੀ ਹਰਪੀ ਸਿੰਘ ਹੁੰਦੇ ਸੀ ਉਹਨਾਂ ਨੇ ਵੀ ਨਸ਼ਿਆਂ ਦਾ ਮੁੱਦਾ ਕਈ ਵਾਰ ਚੁੱਕਿਆ ਪਰ ਹੁਣ ਗਿਆਨੀ ਰਗਵੀਰ ਸਿੰਘ ਗੂਰਾ ਨੂੰ ਵੀ ਕਿਹਾ ਗਿਆ ਕਿ ਇੱਧਰ ਧਿਆਨ ਦਿੱਤਾ ਜਾਵੇ ਕਿਉਂਕਿ ਕੈਨੇਡਾ ਵਿੱਚ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਅ ਕਿਉਂਕਿ ਸ਼੍ਰੀਮਤੀ ਸਿੰਘ ਨੇ ਕਿਹਾ ਕਿ ਅਸੀਂ ਕੁਝ ਸਾਲ ਪਹਿਲਾਂ ਕੁਝ ਗੁਰਦੁਆਰਿਆਂ ਤੱਕ ਪਹੁੰਚ ਕੀਤੀ ਸੀ ਕਿ ਮਾਹੌਲ ਉੱਥੇ ਖਰਾਬ ਹੋ ਰਿਹਾ ਬਹੁਤ ਸਾਰੇ ਬੱਚੇ ਵਿੱਤੀ ਬੋਝ ਦੇ ਹੇਠ ਦੱਬੇ ਹੋਏ ਨੇ ਬਹੁਤ ਸਾਰੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਪਿਆ ਬਹੁਤ ਸਾਰੀਆਂ ਕੁੜੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਫੀਸਾਂ ਦੇ ਉੱਪਰ ਪ੍ਰੈਸ਼ਰ ਹੈ ਇਸ ਕਰਕੇ ਗਲਤ ਪਾਸੇ ਵੱਲ ਜਾ ਰਹੇ ਨੇ ਹੁਣ ਜੇਕਰ ਇਹ ਖਬਰਾਂ ਸਾਰੀਆਂ ਸਹੀ ਸੀਗੀਆਂ ਸਰੀਰਕ ਸ਼ੋਸ਼ਣ ਤੱਕ ਦੀਆਂ ਖਬਰਾਂ ਆ ਗਈਆਂ ਸੀ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਕਿ ਮਾਹੌਲ ਵਾਕਈ ਖਰਾਬ ਹੁੰਦਾ ਜਾ ਰਿਹਾ ਹੈ ਦੂਸਰੇ ਪਾਸੇ ਮੁੰਡਿਆਂ ਨੂੰ ਡਰਗਸ ਦੇ ਤੰਦੇਵਲ ਤੱਕ ਜਾਇਆ ਜਾ ਰਿਹਾ ਹੈ ਇਹ ਵੀ ਇੱਕ ਚਿੰਤਾ ਵਾਲੀ ਖਬਰ ਹੈ ਅਸੀਂ ਪੰਜਾਬ ਦੇ ਵਿੱਚ ਜ਼ਿਕਰ ਕਰਦੇ ਹਾਂ ਕਿ ਨਸ਼ਾ ਵਧਦਾ ਜਾ ਰਿਹਾ ਹੈ ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ ਦੇ ਵਿੱਚ ਵੀ ਨਸ਼ਾ ਵਧਦਾ ਜਾ ਰਿਹਾ ਮੈਕਸੀਕੋ ਦੇ ਹਾਲਾਤ ਕੀ ਹੈ ਸਭ ਨੂੰ ਪਤਾ ਹੈ ਉੱਥੇ ਜਿਸ ਹਿਸਾਬ ਦੇ ਨਾਲ ਗਰੁੱਪ ਆਪਸ ਵਿੱਚ ਭੇੜਦੇ ਰਹਿੰਦੇ ਹਰ ਦੂਏ ਤੀਏ ਪੰਜਵੇਂ ਦਸਵੇਂ ਮਹੀਨੇ ਦੇ ਵਿੱਚ ਤਿੰਨ ਚਾਰ ਖਬਰਾਂ ਆ ਜਾਂਦੀਆਂ ਕਿ ਆ ਦੂਜੀ ਗੈਂਗ ਨੇ ਉੱਥੇ ਹਮਲਾ ਕਰਤਾ ਉਹਦੇ ਇੰਨੇ ਮਾਰੇਗੇ ਉਹਦੇ ਇੰਨੇ ਮਾਰੇਗੇ ਕੈਨੇਡਾ ਦੇ ਵਿੱਚ ਵੀ ਨਸ਼ਾ ਵਧਦਾ ਜਾ ਰਿਹਾ ਹੈ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵਧੇ ਦਾ ਕੋਈ ਸ਼ੱਕ ਨਹੀਂ ਗੁਆਂਢੀ ਸੂਬਿਆਂ ਵਿੱਚ ਵੀ ਵਧਦਾ ਕੱਲਾ ਪੰਜਾਬ ਨਹੀਂ ਪਰ ਸਵਾਲ ਇਹ ਹੈ ਕਿ ਸਾਰਾ ਕੁਝ ਠੀਕ ਕਿੱਦਾਂ ਹੋਣਾ ਕੈਨੇਡਾ ਵਿੱਚ ਹਰ ਤੀਸਰਾ ਭਾਰਤੀ ਇਸ ਵੇਲੇ ਸਮੱਸਿਆ ਦੇ ਵਿੱਚ ਬੱਚਾ ਹਰ ਤੀਜਾ ਬੱਚਾ 6 ਸਾਲ ਦੇ ਵਿੱਚ 5 ਗੁਣਾ ਮੌਤਾਂ ਦੇ ਅੰਕੜੇ ਵਧ ਗਏ ਨੇ ਗਿਣਤੀ ਵਧੀ ਹੈ ਕਿਉਂ ਵਧੀ ਹੈ ਬੱਚਿਆਂ ਦੇ ਉੱਪਰ ਪ੍ਰੈਸ਼ਰ ਬਹੁਤ ਹੈ ਬੱਚੇ ਦਿਮਾਗ ਤੇ ਬੋਝ ਲੈ ਕੇ ਚੱਲ ਰਹੇ ਨੇ ਪਹਿਲਾਂ ਕਲਾਸਾਂ ਦੀ ਟੈਨਸ਼ਨ ਹੈ ਫਿਰ ਅਗਲੀ ਫੀਸ ਦੀ ਟੈਨਸ਼ਨ ਹੈ ਬੇਸਮੈਂਟ ਦਾ ਕਿਰਾਇਆ ਵੱਧਦਾ ਜਾ ਰਿਹਾ ਉਹਦੀ ਟੈਨਸ਼ਨ ਹੈ ਕੰਮ ਨਹੀਂ ਮਿਲਦਾ ਉਹਦੀ ਟੈਨਸ਼ਨ ਹੈ ਮਹਿੰਗਾਈ ਹੋ ਗਈ ਹੈ ਉਹਦੀ ਟੈਨਸ਼ਨ ਹੈ ਐਸ ਵੇਲੇ ਕਹਿੰਦੇ ਪਏ ਆ ਕਿ ਆਉਣ ਵਾਲੇ ਦਿਨਾਂ ਚ ਇੱਕ ਬਹੁਤ ਵੱਡਾ ਝਟਕਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਬਹੁਤ ਵੱਡਾ ਝਟਕਾ ਕਹਿੰਦੇ ਆ ਕਿ ਫੀਸਾਂ ਦੇ ਵਿੱਚ ਵਾਧਾ ਹੋ ਸਕਦਾ ਇਹ ਵੀ ਹੋ ਸਕਦਾ ਕਿ ਫੀਸਾਂ ਦੇ ਉੱਪਰ ਟੈਕਸ ਵੀ ਲਗਾ ਦਿੱਤਾ ਜਾਵੇ ਸਰਕਾਰ ਵੱਲੋਂ ਕੋਈ ਕਹਿੰਦਾ 5% ਲੱਗਣਾ ਕੋਈ ਕਹਿੰਦਾ 10 ਲੱਗਣਾ ਕੋਈ ਕਹਿੰਦਾ 20 ਲੱਗਣਾ ਜੇਕਰ ਇਹ 5 ਹੋਵੇ 10 ਹੋਵੇ 20 ਹੋਵੇ ਮੰਨ ਲਓ ਬੱਚੇ ਦੀ ਇੱਕ ਸੈਮੈਸਟਰ ਦੀ ਫੀਸ ਇੱਕ ਸਾਲ ਦੀ ਫੀਸ ਕਿਸੇ ਦੀ 7 ਲੱਖ ਚਲ ਜਾਂਦੀ ਕਿਸੇ ਦੀ 7.5 ਲੱਖ ਚਲ ਜਾਂਦੀ ਹੈ ਇਧਰਲੇ ਹਿਸਾਬ ਦੇ ਨਾਲ ਤੇ 22200 ਕਿੰਨੇ ਡਾਲਰ ਬਣਦੇ ਹੈ ਅੰਦਾਜ਼ਾ ਲਗਾ ਲਿਓ ਪਰ ਇਹਨਾਂ ਜ਼ਰੂਰ ਹੈ ਕਿ ਇਧਰਲੇ ਹਿਸਾਬ ਨਾਲ ਕਿਸੇ ਦੀ 7 ਲੱਖ 8 ਲੱਖ ਫੀਸ ਬਣਦੀ ਜੇਕਰ ਉਹਦੇ ਉੱਪਰ ਟੈਕਸ ਲਗਾ ਦਿੱਤਾ ਗਿਆ 5% ਦੀ 10% ਦੀ 20% ਦੀ ਚਰਚਾ ਜਿਹੜੀ ਚੱਲਦੀ 15 ਹੋਵੇ ਜਿੰਨਾ ਮਰਜ਼ੀ ਹੋਵੇ ਤਾਂ ਹਿਸਾਬ ਲਾਓ ਕਿ 1 ਤੋਂ 1.5 2 ਲੱਖ ਰੁਪਏ ਦਾ ਸਿੱਧੇ ਤੁਹਾਡੇ ਤੇ ਹੋਰ ਵੱਧਦਾ ਪੈਣਾ ਜੇ ਹਲਕੀ ਹੋਣੀ ਹੈ ਤੇ ਉਹ ਬੱਚੇ ਤਾਂ ਪਹਿਲੇ ਬੋਝ ਵਿੱਚ ਉਧਰ ਜਾ ਕੇ ਹੋਰ ਪੈ ਜਾਣਾ ਪੰਜਾਬ ਤੋਂ ਅੱਗੇ ਹੀ ਰੌਲਾ ਕਿੰਨਾ ਚੱਲਿਆ ਪਿਛਲੀ ਵਾਰੀ 30000 ਕਰੋੜ 40000 ਕਰੋੜ ਨਹੀਂ ਨਹੀਂ ਕਹਿੰਦੇ 56000 ਕਰੋੜ ਰੁਪਏ ਸਿੱਧੇ ਵਿਦੇਸ਼ ਨੂੰ ਜਾ ਰਿਹਾ ਹੈ ਜਾ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਉੱਥੇ ਜਾ ਕੇ ਬੱਚੇ ਬੋਝ ਝੜ ਤਬਦੇ ਜਾ ਰਹੇ ਨੇ ਪਿਛਲੇ ਦਿਨੀ ਪਟਿਆਲੇ ਤੋਂ ਤਿੰਨ ਖਬਰਾਂ ਆਈਆਂ ਇੱਕ ਦਿਨ ਦੇ ਵਿੱਚ ਤਿੰਨ ਨੌਜਵਾਨਾਂ ਦੀ ਉੱਥੇ ਮੌਤ ਹੋਈ ਅਮਰੀਕਾ ਤੋਂ ਖਬਰ ਆਈ 34 ਲੱਖ ਰੁਪਇਆ ਕਰਜ਼ਾ ਲੈ ਕੇ ਪਰਿਵਾਰ ਵਾਲਿਆਂ ਨੇ ਭੇਜਿਆ ਤੀਜੇ ਮਹੀਨੇ ਨੌਜਵਾਨ ਦੀ ਮੌਤ ਹੋ ਗਈ ਪਰਿਵਾਰ ਕੀ ਕਰੇਗਾ ਹੁਣ ਵੈਸੇ ਤਾਂ ਲੋਕ ਇਹ ਕਹਿੰਦੇ ਆ ਚਰਚਾ ਚੱਲਦੀ ਏਕ ਉਹ ਕਹਿੰਦੇ ਜਿਹੜਾ ਤੁਸੀਂ ਇੰਨਾ ਪੈਸਾ ਲਾ ਕੇ ਵਿਦੇਸ਼ ਭੇਜਦੇ ਇੱਥੇ ਕੰਮ ਖੋਲ੍ਹ ਲਓ ਕੋਈ ਹਰ ਲੋਕ ਦੀ ਹਰ ਲੋਕਾਂ ਦੀ ਆਪਣੀ ਸੋਚ ਹੈ ਹਰ ਇੱਕ ਦਾ ਆਪਣਾ ਨਜ਼ਰੀਆ ਕਹਿਣ ਦਾ ਹਰ ਇੱਕ ਦੀ ਆਪਣੀ ਤਕਨੀਏ ਤੇ ਹਰ ਇੱਕ ਦਾ ਆਪਣਾ ਤਰੀਕਾ ਗੱਲ ਕਰਨ ਦਾ ਪਰ ਸਵਾਲ ਇੱਥੇ ਇਹੀ ਵੱਡਾ ਜੇਕਰ ਇੱਥੇ ਨੌਕਰੀਆਂ ਦੇ ਦਿੱਤੀਆਂ ਜਾਣ ਵਧੀਆ ਪੈਸਾ ਦਿੱਤਾਵੇ ਤਾਂ ਲੋਕ ਵਿਦੇਸ਼ ਜਾਣ ਹੀ ਕਿਉਂ ਬੱਚੇ ਵਿਦੇਸ਼ ਜਾਣ ਹੀ ਕਿਉਂ ਪਲੱਸ 2 ਤੋਂ ਬਾਅਦ ਸਰਕਾਰਾਂ ਕਹਿੰਦੀਆਂ ਸੀ ਨੌਕਰੀਆਂ ਦੇਤੀਆਂ ਜੀ ਨਿਯੁਕਤੀ ਪੱਤਰ ਵੰਡ ਦਿੱਤੇ ਜੀ ਜਦੋਂ ਤਨਖਾਹ ਪੁੱਛਦੇ ਕਿੰਨੀਆਂ ਜੀ 5000 ਰੁਪਏ ਤਨਖਾਹ ਆ ਨਵੇਂ ਆਂਦੀ ਫਿਰ ਉਹ ਬੱਚੇ ਜਿਹਨਾਂ ਨੂੰ 5000 ਰੁਪਏ ਮਿਲਦਾ ਪਿਆ ਕੱਲ ਹੀ ਇੱਕ ਨੌਜਵਾਨ ਨੇ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਜੀ ਸਾਨੂੰ ਨਿਯੁਕਤੀ ਪੱਤਰ ਤਾਂ ਮਿਲ ਗਿਆ ਪਰ ਬਾਅਦ ਚ ਪਤਾ ਲੱਗਿਆ ਤਨਖਾਹ ਤਾਂ 5-6000 ਹੀ ਮਿਲਣੀ ਹੈ ਤਾਂ ਫਿਰ ਅਸੀਂ ਕੀ ਕਰੀਏ ਚਲੋ ਹੁਣ ਇਹ ਤਾਂ ਤੁਸੀਂ ਦੇਖਣਾ ਸਰਕਾਰਾਂ ਨੇ ਉੱਪਰਲੇ ਪਾਸੇ ਉਹ ਸਰਕਾਰਾਂ ਕਹਿੰਦੀਆਂ ਅਸੀਂ ਲੱਖਾਂ ਨੂੰ ਨੌਕਰੀਆਂ ਦਵਾਗੇ ਲੱਖਾਂ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਕਿੰਨੀਆਂ ਕੀ ਵਾਕੇ ਲੱਖ ਨੌਕਰੀ ਦਿੱਤੀ ਜਾਂਦੀ ਹੈ ਸਾਲ ਦੀ 1 ਲੱਖ ਨੌਕਰੀ ਕਿਸ ਨੂੰ ਮਿਲੀ ਹੈ ਰਿਕਾਰਡ ਆ ਪਿਛਲਾ ਦਿਖਾਓ ਜੁਪੀ ਹੋਵੇ ਪੰਜਾਬ ਹੋਵੇ ਦਿੱਲੀ ਹੋਵੇ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਸਰਕਾਰੀ ਵਿਭਾਗ ਖਾਲੀ ਨੇ ਚਾਹੇ ਦਿੱਲੀ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਉੱਤਰ ਪ੍ਰਦੇਸ਼ ਹੋਵੇ ਚਾਹੇ ਕੋਈ ਵੀ ਸੂਬਾ ਹੋਵੇ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਬੱਚਿਆਂ ਨੂੰ ਸਮੱਸਿਆ ਇਹੀ ਸਭ ਤੋਂ ਵੱਡੀ ਹੈ ਜਦੋਂ ਅਸੀਂ ਕੈਨੇਡਾ ਦਾ ਜ਼ਿਕਰ ਕਰਦੇ ਪਏ ਹਾਂ ਤਾਂ ਉੱਥੇ ਲੋਕ ਕਹਿ ਰਹੇ ਨੇ ਸਮੱਸਿਆ ਨਾ ਇਸ ਵੇਲੇ ਝੂਝਿਆ ਜਾ ਰਿਹਾ ਹੈ ਬੱਚੇ ਜਿਹੜੇ ਨਵੇਂ ਆ ਰਹੇ ਨੇ ਉਹਨਾਂ ਨੂੰ ਕੁਛ ਨਹੀਂ ਪਤਾ ਲੱਗਦਾ ਪਵਤਾਰਮਿਕ ਸਥਾਨ ਨੇ ਬਹੁਤ ਸਾਰੇ ਧਾਰਮਿਕ ਥਾਣੇ ਗੁਰਦੁਆਰਾ ਸਾਹਿਬ ਨੇ ਉੱਥੇ ਉਹਨਾਂ ਨੇ ਕੁਝ ਦਿਨ ਪਹਿਲਾਂ ਦਰਵਾਜ਼ੇ ਖੋਲੇ ਸੀਗੇ ਕਦੀ ਨਹੀਂ ਮੋੜਦੇ ਮੂੰ ਕਦੀ ਨਹੀਂ ਮੋੜਦਾ ਸੋਸ਼ਲ ਮੀਡੀਆ ਤੇ ਇੱਕ ਦੋ ਵੀਡੀਓ ਵਾਇਰਲ ਹੋ ਗਈਆਂ ਸੀ ਉਹਦਾ ਅਸਲ ਸੱਚ ਕੀ ਸੀ ਲੋਕਾਂ ਨੂੰ ਪਤਾ ਨਹੀਂ ਸੀਗਾ ਬਾਅਦ ਦੇ ਵਿੱਚ ਉਹ ਸੱਚ ਸਾਹਮਣੇ ਆਇਆ ਤੇ ਸਭ ਨੂੰ ਪਤਾ ਕੀ ਹੋਇਆ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਨਾ ਇੱਕ ਸਮੇਂ ਤੇ ਆ ਕੇ ਸੋਚ ਵਿਚਾਰ ਤੋਂ ਉੱਥੇ ਵੀ ਕਰਨੀ ਪੈਣੀ ਹੈ ਨਾ ਪਰ ਵੱਡੀ ਗੱਲ ਇਹ ਹੈ ਚਿੰਤਾ ਇਸ ਵੇਲੇ ਕਈ ਬੱਚੇ ਲਾਪਤਾ ਵੀ ਨੇ ਕਈ ਬੱਚੇ ਕੰਮ ਕਰਨ ਜਾਂਦੇ ਪੇ ਪਤਾ ਨਹੀਂ ਕਿੱਧਰ ਪਹੁੰਚਦੇ ਪਏ ਆ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਧਿਆਨ ਦੇਣ ਦੀ ਜ਼ਰੂਰਤ ਹੈ ਨੀ ਤਾਂ ਕੋਈ ਡਰਗ ਦੇ ਤੰਦੇਵਾ ਤੇ ਕੁੜੀਆਂ ਖਾਸ ਕਰਕੇ ਜਿਨਸੀ ਸ਼ੋਸ਼ਣ ਵਾਲ ਜਿੱਦ ਤੱਕਿਆ ਜਾ ਰਿਹਾ ਹੈ ਮਾਮਲੇ ਜਿਹੜੇ ਵਧੇ ਨੇ ਤੇ ਇੱਕ ਹੈਰਾਨ ਕਰਦੀ ਗੱਲ ਇਹ ਵੀ ਸੀ ਗਰਭਪਾਤ ਕਰਵਾਉਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਵਧੀਆ ਤਰੀਕੇ ਨਾਲ ਦੱਸ ਸਕਦੇ ਨੇ ਜੇਕਰ ਇਸ ਤਰ੍ਹਾਂ ਦਾ ਹੈਗਾ ਤਾਂ ਸਾਨੂੰ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਹੈ ਕੈਨੇਡਾ ਦੀ ਗੱਲ ਹੈ ਪਰਿਵਾਰਾਂ ਦੀ ਗੱਲ ਹੈ ਉਹਨਾਂ ਲੋਕਾਂ ਦੀ ਗੱਲ ਹੈ ਜਿਨ੍ਹਾਂ ਨਾਲੇ ਸਾਰਾ ਕੁਝ ਵਾਪ ਤੋ ਦੇਖਦੇ ਆਂ ਆਉਣ ਵਾਲੇ ਸੈਮਿਟ ਗੱਲ ਕਿੱਧਰ ਨੂੰ ਜਾਂਦੀ ਹੈ ਅੱਗੇ ਵਧਦੇ ਆਂ ਗੱਲ ਕਰਨੀ ਹੈ ਗੌਤਮ ਅਡਾਨੀ ਦੀ ਇਸ ਵੇਲੇ ਇੱਕ ਵਾਰ ਫਿਰ ਤੋਂ ਚਰਚਾ ਛਿੜ ਗਈ ਹੈ ਕਿ ਸੇਬੀ ਨੇ ਗੌਤਮ ਅਡਾਨੀ ਦੇ ਮਾਮਲੇ ਵਿੱਚ ਤੱਥਾਂ ਨੂੰ ਛਿਪਾਇਆ ਸੀਗਾ ਹੁਣ ਇਹ ਗੱਲ ਕਿਉਂ ਨਿਕਲ ਕੇ ਸਾਹਮਣੇ ਆਈ ਹੈ ਅੱਜ ਤੋਂ 8 ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਚਰਚਾ ਸੀ 8 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਚਰਚਾ ਸੀ 2014 ਦੇ ਵਿੱਚ ਕਹਿੰਦੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਸੀ ਕਿ ਭਾਰਤ ਦੇ ਵਿੱਚ ਗੌਤਮ ਅਡਾਨੀ ਦੀਆਂ ਕੁਝ ਕੰਪਨੀਆਂ ਕਰੋਣਾਰ ਬੇਦਾ ਕਪੜਾਕਾਰੀਆਂ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਕੰਨੀ ਗੱਲ ਪਿੱਛੇ ਛੁੱਟੀ ਰੱਖੀ 2323 ਕਰੋੜ ਰੁਪਏ ਦਾ ਕਪੜਾ ਕੀਤਾ ਗਿਆ ਰੌਲਾ ਇਸ ਗੱਲ ਦਾ ਪਰ ਕਿਸੇ ਨੇ ਵੀ ਉਧਰ ਧਿਆਨ ਨਹੀਂ ਦਿੱਤਾ ਹੁਣ ਅਡਾਨੀ ਹਿਡਨ ਵਰਕ ਦੀ ਰਿਪੋਰਟ ਆਈ ਉਸ ਤੋਂ ਬਾਅਦ ਵਿਵਾਦ ਜਦੋਂ ਭਖਿਆ ਤਾਂ ਇੱਕ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਹੁਣ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਡ ਆਰ ਆਈ ਇਹਦੇ ਪੱਤਰ ਤੇ ਵੀ ਕਹਿੰਦੇ ਸਾਰੇ ਨੂੰ ਸੁੱਤੇ ਰਹੇ ਸੀਗੇ ਇੱਕ ਚਿੱਠੀ ਭੇਜੀ ਗਈ ਸੀ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਸਾਰਾ ਕੁਝ ਉਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਗੋਤਮ ਡਾਨੀ ਦੀਆਂ ਕੁਝ ਕੰਪਨੀਆਂ ਵਿਦੇਸ਼ ਤੋਂ ਚਲਦੀਆਂ ਕੋਈ ਇੱਕ ਮੋਰੀਸ਼ਸ ਤੋਂ ਚਲਦੀ ਸੀ ਦੂਜੀ ਬਰਮੁੱਡੇ ਤੋਂ ਚਲਦੀ ਸੀ ਮੋਰੀਸ਼ਸ ਅਧਾਲੀ ਕੰਪਨੀ ਹੁਣ ਉਹਨੇ ਇਨਵੈਸਟ ਕੀਤਾ ਨਿਵੇਸ਼ ਕੀਤਾ ਹੁਣ ਕਹਿੰਦੇ ਆ ਕਿ ਜਿਹੜਾ ਮਿਊਚੁਅਲ ਫੰਡ ਹੁੰਦਾ ਉਹਦੇ ਵਿੱਚ ਦੋ ਕੰਪਨੀਆਂ ਇਸ ਤਰ੍ਹਾਂ ਦੀਆਂ ਸੀ ਇੱਕ 2007 ਦੇ ਵਿੱਚ ਬਣੀ ਸੀਗੀ 2010 ਦੇ ਵਿੱਚ ਇੱਕ ਬਣੀ ਸੀਗੀ 2017 ਤੱਕ ਹੋਂਦੇ ਬੰਦ ਹੋ ਗਈਆਂ 2019 ਦੇ ਵਿੱਚ ਇੱਕ ਕੰਪਨੀ ਬੰਦ ਹੁੰਦੀ ਹੈ ਕਿ ਕਿਹ ਕਿਹ ਚ ਕੰਪਨੀ ਬੰਦ ਹੁੰਦੀ ਹੈ ਹੁਣ ਉਹਨਾਂ ਕੰਪਨੀਆਂ 'ਚ ਨਿਵੇਸ਼ ਕੀਤਾ ਪੈਸਾ ਵੀ ਆਪਣਾ ਸੀਗਾ ਜਦੋਂ ਦੇਖਿਆ ਕੰਪਨੀ ਦੇ ਸ਼ੇਅਰ ਵੱਧ ਗਏ ਆ ਪੈਸੇ ਖੇਚਲੇ ਬਾਹਰ ਲੋਕਾਂ ਦਾ ਨੁਕਸਾਨ ਹੋਇਆ ਜਦੋਂ ਦੇਖਿਆ ਮਾਰਕੀਟ ਬਿਲਕੁਲ ਥੱਲੇ ਆ ਗਈ ਮਾਰਕੀਟ ਕੈਪ 156000 ਕਰੋੜ ਤੋਂ ਉੱਪਰ ਜਾ ਚੁੱਕਿਆ ਇਹਨਾਂ ਦੀ ਕੰਪਨੀਆਂ ਦਾ ਜਦੋਂ ਦੇਖਿਆ ਫਿਰ ਮਾਰਕੀਟ ਥੱਲੇ ਆ ਗਈ ਆ ਜਦੋਂ ਦੇਖਿਆ ਸ਼ੇਅਰ ਥੱਲੇ ਆ ਗਏ ਫਿਰ ਖਰੀਦਲੇ ਐਦਾਂ ਕਰ ਕਰਕੇ ਇਹ ਦੋਸ਼ ਲੱਗਦਾ ਪਿਆ ਐਦਾਂ ਕਰ ਕਰਕੇ ਕਰੋੜਾਂ ਨਹੀਂ ਅਰਬਾਂ ਰੁਪਏ ਦਾ ਗੋਲਮਾਲ ਕੀਤਾ ਗਿਆ ਜੇਕਰ ਇਹ ਕੀਤਾ ਗਿਆ ਤਾਂ ਸੇਬੀ ਨੇ ਕੀ ਵਾਕਈ ਤੱਥ ਸਪਾਈ ਨੇ ਸਾਡੇ ਕੋਲ ਇਦਾਂ ਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਗਈ ਪਰ ਇਹਨਾਂ ਜ਼ਰੂਰ ਹੈ ਜੇਕਰ ਇਹ ਚਰਚਾਵਾਂ ਚੱਲਦੀਆਂ ਪਈਆਂ ਨੇ ਇਹ ਖਬਰਾਂ ਸਾਹਮਣੇ ਆਈਆਂ ਨੇ ਬਹੁਤ ਜ਼ਿੰਮੇਵਾਰ ਅਖਬਾਰਾਂ ਨੇ ਰਿਪੋਰਟ ਦਿੱਤੀ ਹੈ ਬਹੁਤ ਜ਼ਿੰਮੇਵਾਰ ਪੱਤਰਕਾਰਾਂ ਨੇ ਗੱਲਬਾਤ ਕੀਤੀ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਹੈ ਕੀ ਹੈ ਤਾਂ ਫਿਰ ਬਚਾਉਣ ਦਾ ਯਤਨ ਕਿਉਂ ਕੀਤਾ ਜਾ ਰਿਹਾ ਕੀ ਕਾਰਨ ਹੈ ਲੱਭਣ ਦੀ ਜ਼ਰੂਰਤ ਹੈ ਐਵੇਂ ਤਾਂ ਨਹੀਂ ਪਾਰਟੀਆਂ ਕਹਿੰਦੀਆਂ ਸਾਨੂੰ 7000 ਰੁਪਏ ਸਾਲ ਦਾ ਚੰਦਾ ਆ ਗਿਆ ਐਵੇਂ ਤਾਂ ਨਹੀਂ ਪਾਰਟੀਆਂ ਕਹਿੰਦੀਆਂ ਸਾਨੂੰ 700 ਕਰੋੜ ਹੀ ਆ ਐਵੇਂ ਤਾਂ ਨਹੀਂ ਪਾਰਟੀਆਂ ਕਹਿੰਦੀਆਂ ਅਸੀਂ 10 ਕਰੋੜ ਵੀ ਸਾਨੂੰ ਇਹ ਕਿਤੇੋਂ ਤਾਂ ਤੋ ਜਾਂਦੇ ਜਾਂਦੇ ਗੱਲ ਸਾਰਾ ਗੜੀ ਦੀ ਵੀ ਕਰਨੀ ਆ ਸਾਰਾ ਗੜੀ ਦੇ ਉਹ ਯੋਧੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ ਜਿਨ੍ਹਾਂ ਨੂੰ ਬਹੁਤਿਆਂ ਲੋਕਾਂ ਨੇ ਅੱਜ ਤੱਕ ਅਣਗੌਲਿਆ ਕਰ ਦਿੱਤਾ ਇੱਕ ਸਮਾਂ ਸੀ ਜਦੋਂ ਇਹ ਲੜਾਈ ਹੁੰਦੀ ਹੈ 21 ਸਿੱਖ ਜਵਾਨ ਹਜ਼ਾਰਾਂ ਲੜਾਕਿਆਂ ਦੇ ਸਾਹਮਣੇ ਜਦੋਂ ਡਟ ਗਏ ਸੀਗੇ ਪਾਕਿਸਤਾਨ ਦਾ ਉਹ ਇਲਾਕਾ ਜਿੱਥੇ 6000 ਫੁੱਟ ਦੀ ਉਚਾਈ ਸੀਗੀ 6000 ਫੁੱਟ ਦੀ ਉਚਾਈ ਉੱਥੇ ਜਦੋਂ ਇਹ ਲੜਾਈ ਹੁੰਦੀ ਹੈ ਜਦੋਂ ਦੇਖਿਆ ਕਿ ਆਲੇ ਦੁਆਲੇੋਂ ਪਠਾਨ ਘੇਰਦੇ ਪਏ ਆ ਜਦੋਂ ਦੇਖਿਆ ਕਿ ਹੁਣ ਸਾਰੇ ਪਾਸੇ ਘੇਰਾ ਪੈ ਗਿਆ ਮੁਕਾਬਲਾ ਕਰਨਾ ਨਹੀਂ ਛੱਡਿਆ ਅੰਗਰੇਜ਼ ਉੱਚ ਅਫਸਰਾਂ ਨੂੰ ਕਿਹਾ ਗਿਆ ਕਿ ਅਸੀਂ ਘੇਰੇ ਪਏ ਆ ਕੀ ਕਰੀਏ ਕਹਿੰਦੇ ਹੋਲਡ ਯੂਅਰ ਪੋਜੀਸ਼ਨ ਰੁਕੋ ਉੱਥੇ ਮੁਕਾਬਲਾ ਕਰੋ ਵੈਸੇ ਇੱਕ ਚਰਚਾ ਇਹ ਵੀ ਚੱਲਦੀ ਹੈ ਇਹਨਾਂ ਨੂੰ ਹਟਣ ਨੂੰ ਕਿਹਾ ਵੀ ਗਿਆ ਸੀ ਪਰ ਨਹੀਂ ਇਹ ਯੋਧੇ ਅੜੇ ਰਹੇ ਸੀਗੇ ਇੱਕ ਉਹ ਇਲਾਕਾ ਅੱਜ ਤੱਕ ਸਾਰਾ ਗੜੀ ਦਾ ਜਿਹੜਾ ਕਿਸੇ ਤੋਂ ਵੀ ਜਿੱਤ ਨਹੀਂ ਹੋਇਆ ਸਾਰਾ ਗੜੀ ਦੀ ਜੰਗ ਇਸੇ ਕਰਕੇ ਮਸ਼ਹੂਰ ਹੈ ਸਾਰਾ ਗੜੀ ਦੇ ਉਹ 21 ਯੋਧੇ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਨੇ ਸੂਬਾ ਪੱਧਰੀ ਸਮਾਗਮ ਉੱਥੇ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੀ ਕਿਹਾ ਇੱਕ ਨਜ਼ਰ ਮਾਰਦੇ ਹਾਂ ਅੱਜ ਦਾ ਜਿਹੜਾ ਇਹ ਸਮਾਗਮ ਹੈ ਇਹ ਉਹਨਾਂ ਸੂਰਮਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਊਰਜਾ ਦੇਣ ਵਾਲਾ ਸਮਾਗਮ ਹੈ ਕਿ ਕਿਵੇਂ ਸਾਡੇ ਪੁਰਖਿਆਂ ਨੇ ਲੜਾਈਆਂ ਲੜੀਆਂ ਕਿਵੇਂ ਸਾਡੇ ਸ਼ਹੀਦਾਂ ਨੇ ਗੁਰੂਆਂ ਨੇ ਮਜਲੂਮਾਂ ਦੇ ਹੱਕ 'ਚ ਖੜਨ ਦਾ ਤੇ ਲੜਨ ਦਾ ਸੁਨੇਹਾ ਦਿੱਤਾ ਉਹ ਸਾਨੂੰ ਯਾਦ ਰੱਖਣਾ ਚਾਹੀਦਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਰੁੜ ਜਾਂਦੀਆਂ ਨੇ 21 ਉਹ ਜਾਂਬਾਜ਼ ਸਿੱਖ ਰੈਜiment ਦੇ ਸੂਰਵੀ ਬਹਾਦਰ ਸੈਨਿਕ ਜਿਨ੍ਹਾਂ ਨੇ 10000 ਤੋਂ ਵੱਧ ਫੌਜਾਂ ਨਾਲ ਲੋਹਾ ਲਿਆ ਪੱਜੇ ਨਹੀਂ ਔਰ ਇਹ 21 ਵਰਸਸ 10000 ਇਹ ਜਿਹੜੀ جنگ ਹੈ ਨਾ ਇਹ ਦੁਨੀਆ ਦੀਆਂ ਬਹੁਤ ਟੌਪ ਦੀਆਂ 10 ਜੰਗਾਂ ਦੇ ਵਿੱਚ ਇਹਦਾ ਜ਼ਿਕਰ ਹੁੰਦਾ ਹੈ ਦੁਨੀਆ ਪਰਦੇ ਜਿੰਨੇ ਰਾਈਟਰ ਹੋਏ ਨੇ ਜਾਂ ਜਿੰਨੇ ਮਿਲਟਰੀ ਬੇਸਡ ਐਨਲਿਸਿਸ ਹੋਏ ਨੇ ਉਹਨਾਂ ਚੀਜ਼ ਜਾਂਦਾ ਜ਼ਿਕਰ ਹੁੰਦਾ ਕਿਉਂਕਿ ਉਹ 21 ਸੀ 21 ਨੂੰ ਸਵਾ ਲੱਖ ਨਾਲ ਗੁਣਾ ਨਹੀਂ ਕਰਨਾ ਪਊਗਾ ਕਿਉਂਕਿ ਸਾਡੇ ਗੁਰੂ ਨੇ ਕਿਹਾ ਸੀ ਸਵਾ ਲੱਖ 'ਚ ਇੱਕ ਲੜਾਉਂ ਉਹਨਾਂ ਮੂਰੇ ਵਾਲਿਆਂ ਨੇ ਗਿਣਤੀ 7 ਸਵਾ ਲੱਖ ਕੀਤੀ ਉਹਨਾਂ ਨੇ 21 ਦੀ ਕੀਤੀ ਪਰ 21 ਨੂੰ ਸਵਾ ਲੱਖ ਨਾਲ ਗੁਣਾ ਕਰਨਾ ਪਊਗਾ 1 ਇੱਕ ਨੂੰ ਸਵਾ ਲੱਖ ਨਾਲ ਗੁਣਾ ਕਰਨਾ ਇਹ ਲਾਸਾਨੀ ਕੁਰਬਾਨੀਆਂ ਜਿਹੜੀਆਂ ਨੇ ਜੇ ਅੱਪਾ ਇਹਨਾਂ ਨੂੰ ਯਾਦ ਨਹੀਂ ਰੱਖਾਂਗੇ ਫਿਰ ਅੱਪਾ ਆਪਣੀ ਆਉਣ ਵਾਲੇ ਬੱਚਿਆਂ ਨੂੰ ਕੀ ਦੱਸਾਂਗੇ ਕਿ ਸਾਡੇ ਪੁਰਖਿਆਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਦੁੱਖ ਦੀ ਗੱਲ ਇਹ ਹੈ ਕਿ ਫਿਲਮ ਤਾਂ ਬਣ ਗਈ ਕੇਸਰੀ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਸਾਰਾ ਘੜੀ ਹੈ ਕਿੱਥੇ 2019 ਚ 1 ਕਰੋੜ ਰੁਪਏ ਜਾਰੀ ਕੀਤਾ ਗਿਆ ਮوضوع ਉਸ ਸਮੇਂ ਦੀ ਸਰਕਾਰ ਵੇਲੇ 25 ਲੱਖ ਦੀ ਘਾਟ ਸੀਗੀ ਡਿਪਾਰਟਮੈਂਟ ਸਵਾਲਾ ਸਵਾ ਕਰੋੜ ਮੰਗਦਾ ਸੀ ਉਹ 25 ਲੱਖ ਨਹੀਂ ਜਾਰੀ ਕੀਤਾ ਸਵਾ ਕਰੋੜ ਰੁਪਏ ਉੱਧੇ ਹੀ ਪਏ ਕਮਾਲ ਹੈ ਸੋ ਸਾਰਾ ਗੜੀ ਦੀ ਲੜਾਈ ਦੇ ਬਾਰੇ ਜੋ ਕੁਝ ਵੀ ਸੀ ਮਮ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਜੋ ਗੱਲਾਂ ਕੀਤੀ ਤੁਸੀਂ ਸਾਰੀਆਂ ਸੁਣੀਆਂ ਐ ਇਹ ਧਿਆਨ ਦੇਣ ਦੀ ਗੱਲ ਐ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਕੋਸ਼ਿਸ਼ ਕਰਾਂਗੇ ਕਿਸੇ ਦਿਨ ਖਾਸ ਪ੍ਰੋਗਰਾਮ ਜਾਂ ਇੱਕ ਰਿਪੋਰਟ ਇੱਥੇ ਜ਼ਰੂਰ ਪੇਸ਼ ਕੀਤੀ ਜਾਵੇ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਪਸੰਦ ਆਇਆ ਹੋਣਾ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ